ਪਹਿਲਾਂ ਕੰਮ ਕਿੱਥੇ ਲੱਗੇ ਬਾਈ ਫਿਰ ਤੁਸੀਂ? ਪਹਿਲਾਂ ਮੈਂ ਲੱਗਿਆ ਜਿੱਥੇ ਮੈਂ ਦਿਹਾੜੀ ਦਿਹੁੜੀ ਕਰਦਾ ਜਿਵੇਂ ਘਰਾਂ ਘੁਰਾਂ ਦਾ ਕੰਮ ਹੁੰਦਾ ਸੀਗਾ। ਅੱਛਾ, ਜਿਵੇਂ ਫਾਰਮ ਫੁਰਮ ਢਾ ਕੇ ਬੰਦਾ ਨਵਾਂ ਬਣਾਉਂਦਾ, ਉਹ ਤੇ ਦਿਹਾੜੀ ਦਿਹੁੜੀ ਲਾ ਜਾਂਦਾ ਸੀ। ਠੀਕ ਹੈ, ਕੀ ਕੰਮ ਹੁੰਦਾ ਸੀ ਉੱਥੇ? ਜਿਵੇਂ ਹੁਣ ਤੁਹਾਡੀ ਸਵੇਰ ਚੜ ਗਈ, ਦਿਨ ਚੜ ਗਿਆ, ਦਿਨ ਕਿਵੇਂ ਬੀਤਦਾ ਸੀ? ਦੋ ਕੁ ਘੰਟੇ ਹੁੰਦਾ ਸੀ ਸਵੇਰ, 6:30 ਤੋਂ ਲੈ ਕੇ 8:30 ਤੱਕ। ਫਿਰ ਦੁਪਹਿਰੇ ਘੰਟਾ ਕੁ ਹੁੰਦਾ ਸੀਗਾ, ਜਿਹੜੀ ਫੀਡ ਖੰਡਾਈ ਹੁੰਦੀ ਸੀਗੀ ਉਹਨੂੰ ਮਾੜਾ ਮਾੜਾ ਲਵੇ ਲਾ ਦਿੰਦੇ ਸੀਗੇ, ਉਹ 5 ਘੰਟੇ ਕੰਮ ਸੀਗਾ। ਆਪਾਂ ਕੈਨੇਡਾ ਅਮਰੀਕਾ ਦੇਖਦੇ ਹਾਂ ਵੀ ਵਰਕ ਪਰਮਿਟ 'ਤੇ ਜਾਂਦੇ ਨੇ ਲੋਕ, ਵੀ ਟੂਰਿਸਟ ਨੂੰ ਉੱਥੇ ਕੋਈ ਤੰਗੀ ਪੇਸ਼ੀ ਨਹੀਂ ਹੁੰਦੀ ਕੰਮ 'ਚ? ਤੁਹਾਨੂੰ ਕਈ ਬੰਦੇ ਆਏ ਉੱਥੇ ਜਾ ਕੇ ਪੇਪਰ ਲੈ ਲੈਂਦੇ ਨੇ, ਉਹ ਇੱਕ ਕਾਰਡ ਜਿਹਾ ਬਣ ਜਾਂਦਾ ਵੀ ਘੱਟੋ ਘੱਟ ਤੁਹਾਨੂੰ 10 ਦਿਨ ਜਾਂ ਮਹੀਨਾ ਮੱਲੋ ਮੱਲੀ ਤੁਹਾਨੂੰ ਕੰਮ ਮਿਲਣ ਨੂੰ ਲੱਗ ਜਾਣਾ, 6 ਮਹੀਨੇ ਤਾਂ ਲੱਗੇ ਜਾਂਦੇ ਨੇ ਪ੍ਰੋਪਰ ਵਧੀਆ ਕੰਮ ਲੱਭਣ, ਪੱਕਾ ਕੰਮ ਪੱਕਾ ਕੰਮ ਨੂੰ। ਹਾਂ, ਕਾਰਡ ਬਣਦਾ ਬਾਈ, ਉਹਦੇ ਕੀ ਫਾਇਦੇ ਹੁੰਦੇ ਨੇ? ਉਹਦੇ ਆਪਾਂ ਨਾਲ ਵੀ ਫਾਇਦੇ ਇਹ ਹੋ ਜਾਂਦੇ ਨੇ, ਇੱਕ ਤਾਂ ਬੰਦਾ ਇੰਡੀਆ ਆ ਸਕਦਾ, ਕਾਰਡ ਜੇ ਤੁਹਾਡੇ ਕੋਲ ਕਾਰਡ ਆ ਫਿਰ ਤੁਸੀਂ ਲਾਇਸੈਂਸ ਬਣਵਾ ਸਕਦੇ ਹੋ ਆਪਦਾ ਗੱਡੀ ਦਾ, ਇੱਕ ਉਹਨੂੰ ਛੁੱਟੀ ਬਹੁਤ ਮਿਲਦੀ ਆ। ਅੱਛਾ, 12 ਐਤਵਾਰ ਦੀ ਛੁੱਟੀ ਆ ਜਾਂਦੀ ਆ, ਮਤਲਬ ਵੀ ਕੋਰੀਅਨ ਸਿਟੀਜ਼ਨ ਜਿੰਨੀ ਸਹੂਲਤ ਮਿਲਦੀ ਆ? ਮਿਲਦੀ ਆ, ਮਿਲਦੀ ਆ। ਅਤੇ ਕੋਰੀਆ ਦੀ ਬਈ ਜਿਵੇਂ ਤੁਸੀਂ ਦੱਸ ਰਹੇ ਵੀ ਡੌਂਕੀ ਡੌਂਕੀ ਵੀ ਲਾਉਂਦੇ ਰਹੇ ਨੇ ਲੋਕ? ਹਾਂ, ਪਹਿਲਾਂ ਲੱਗਦੇ ਸੀ ਡੌਂਕੀਆਂ ਉੱਥੇ, ਕੋਈ ਟਾਪੂ ਆ ਜੇਜੂ, ਪਹਿਲਾਂ ਬੰਦੇ ਉੱਧਰ 'ਚ ਹੀ ਆਉਂਦੇ ਹੁੰਦੇ ਸੀਗੇ। ਆਪਣੇ ਮੁੰਡੇ ਅਕਸਰ ਕਹਿੰਦੇ ਵੀ ਸਾਡੇ ਅਸੀਂ ਕਿਤੇ ਕੰਮ 'ਤੇ ਲੱਗੇ ਤੇ ਤੁਹਾਡੀ ਤਨਖਾਹ ਮਾਰ ਲਈ ਕਿਸੇ ਨੇ, ਕਰ ਲਈ ਉੱਥੇ ਲੋਕ ਕਿਹੋ ਜਿਹੇ ਨੇ? ਕੋਰੀਅਨ ਕੋਰੀਅਨ ਤਾਂ ਇੰਨੇ ਜੇ ਤੇਰੇ ਤੇਰੇ ਘੰਟੇ ਵੀ ਲੱਗੇ ਨਾ, ਤੇਰੇ 2 ਘੰਟੇ ਲੱਗਣੇ, ਤੈਨੂੰ ਪੈਸੇ ਦੇ ਕੇ ਤੋਰਨਗੇ। ਪੀ ਆਰ ਹੋਣ ਦਾ ਕੋਈ ਚਾਂਸ ਕਿਵੇਂ ਹੁੰਦੇ ਨੇ ਬੰਦੇ ਪੀ ਆਰ? ਉਹ ਵਿਆਹ ਕਰਾ ਕੇ, ਜਾਂ ਤਾਂ ਬੰਦਾ ਵਿਆਹ ਕਰਾ ਕੇ ਹੁੰਦਾ, ਜਾਂ ਉੱਥੇ ਪੜ੍ਹਾਈ ਥੋੜ੍ਹੀ ਜਿਹੀ ਵੱਧ ਕਰਨੀ ਪੈਂਦੀ ਹੈ, ਕੋਈ ਡਾਕਟਰ ਬਣ ਗਿਆ ਜਾਂ ਕੋਈ ਹੋਰ। ਮਤਲਬ ਵੀ ਸਭ ਤੋਂ ਛੋਟੀ ਇਕਾਈ ਹੈ ਜਿਹੜੀ ਉਹ 1.5 ਲੱਖ ਬੰਦਾ ਕਮਾ ਲੈਂਦਾ, ਇੰਡੀਆ ਭੇਜ ਸਕਦਾ, ਭੇਜ ਸਕਦਾ। ਵੱਧ ਤੋਂ ਵੱਧ ਕਿੰਨੇ ਭੇਜ ਸਕਦਾ? ਵੱਧ ਤੋਂ ਵੱਧ ਕਿੰਨੇ ਕਮਾ ਸਕਦਾ? ਵੱਧ ਤੋਂ ਵੱਧ ਜਿਵੇਂ ਲਾ ਲਾ ਕੋਈ ਵੀ ਸਕਿੱਲ ਆ ਉੱਥੇ। ਅੱਛਾ, ਜਿਵੇਂ ਵਾਲ ਕੱਟਦਾ, ਬਿਲਡਿੰਗ ਕਰਦਾ, ਘਰ ਬਣਾਉਂਦਾ, ਉਹਦੀ ਵੀ 2.5 ਤੋਂ 3 ਦੇ ਵਿੱਚ ਬਈ ਉੱਥੇ ਵੀ ਹੈਗੀ ਆ। ਇੰਡੀਆ ਦੀ 10,000 ਦਿਹਾੜੀ ਰੋਜ਼ ਰੋਜ਼? ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ। ਅਤੇ ਅੱਜ ਜਿਹੜੇ ਬਾਈ ਸਾਡੇ ਨਾਲ ਜੁੜੇ ਨੇ ਨਾ, ਜਿਵੇਂ ਅੱਜ ਕੱਲ੍ਹ ਟ੍ਰੈਂਡ ਚੱਲ ਰਿਹਾ ਬਾਹਰ ਜਾਣ ਦਾ, ਕੈਨੇਡਾ ਅਮਰੀਕਾ, ਜਾਂ ਵੀਰ ਭਾਈ ਕਈ ਡੌਂਕੀ ਲਾ ਕੇ ਵੀ ਜਾਂਦੇ ਨੇ, ਪਰ ਕਈ ਇਹੋ ਜਿਹੇ ਛੋਟੇ ਮੁਲਕ ਵੀ ਨੇ ਜਿਨ੍ਹਾਂ ਬਾਰੇ ਲੋਕਾਂ ਨੂੰ ਪਤਾ ਨਹੀਂ, ਪਰ ਕਮਾਈ ਕੈਨੇਡਾ ਅਮਰੀਕਾ ਜਿੰਨੀ ਹੈ। ਅਤੇ ਅੱਜ ਜਿਹੜੇ ਬਾਈ ਜੁੜੇ ਨੇ, ਮਨੂ ਗਲੋਟੀ, ਕਬੱਡੀ ਦੀ ਦੁਨੀਆ 'ਚ ਵੀ ਲੋਕ ਇਹਨਾਂ ਨੂੰ ਜਾਣਦੇ ਨੇ, ਜਿਹੜੇ ਪੁਰਾਣੇ ਪਲੇਅਰ ਨੇ। ਅਤੇ ਇਹ ਬਾਈ ਆਪਾਂ ਨੂੰ ਅੱਜ ਦੱਸਣਗੇ ਵੀ ਸਾਊਥ ਕੋਰੀਆ 'ਚ ਕਿਹੋ ਜਿਹਾ ਜੀਵਨ ਆ, ਕਿੰਨੀ ਕੁ ਉੱਥੇ ਕਮਾਈ ਹੈ, ਕਿਉਂਕਿ ਇਹ ਬਾਈ ਨੇ 4-5 ਸਾਲ ਕੋਰੀਆ 'ਚ ਕੰਮ ਕਰਕੇ ਦੇਖਿਆ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ ਜੀ? ਬਹੁਤ ਵਧੀਆ, ਠੀਕ ਠਾਕ ਹੋ ਬਾਈ? ਤੁਸੀਂ ਪੁਰਾਣੇ ਬੰਦੇ ਤਾਂ ਜਾਣਦੇ ਨੇ, ਕਬੱਡੀ ਕੁੱਡੀ ਵੀ ਖੇਡੀ ਹੈ, ਕਬੱਡੀ ਕਿੰਨਾ ਚਿਰ ਖੇਡੀ ਪਹਿਲਾਂ, ਕਬੱਡੀ ਬਾਰੇ ਵੀ ਦੱਸੋ ਮਾੜਾ ਮਾੜਾ। ਕਬੱਡੀ ਵੀਰੇ ਮੈਂ ਖੇਡੀ ਆ ਘੱਟੋ ਘੱਟ ਨਹੀਂ 20 ਸਾਲ ਖੇਡੀ ਆ ਜੀ, 20 ਸਾਲ ਖੇਡੀ ਆ। ਜਦੋਂ ਕਬੱਡੀ ਖੇਡਦੇ ਹੋ ਬਾਈ, ਉਦੋਂ ਵੀ ਤੁਸੀਂ ਫਿਰ ਬਾਹਰਲੇ ਮੁਲਕਾਂ 'ਚ ਜਾਂਦੇ ਹੋਵੋਗੇ? ਹਾਂ ਵੀਰੇ, ਗਿਆ। ਕਿੰਨੇ ਕੁ ਮੁਲਕਾਂ 'ਚ ਗਏ? ਮੈਂ 2004 'ਚ ਗਿਆ ਨੌਰਵੇ, ਅਤੇ ਉਸ ਤੋਂ ਬਾਅਦ 6 ਦੇ ਵਿੱਚ ਗਿਆ ਕੈਨੇਡਾ, 7 'ਚ ਗਿਆ, 8 'ਚ ਗਿਆ ਕੈਨੇਡਾ, 9 ਦੇ ਵਿੱਚ ਮੈਨੂੰ ਫਿਰ ਇਟਲੀ ਖੇਡਣ ਦਾ ਮੌਕਾ ਮਿਲਿਆ। ਅੱਛਾ, 9-10 ਚੌਥੇ ਖੇਡੇ, ਫਿਰ ਉਸ ਤੋਂ ਬਾਅਦ ਆ ਕੇ ਮੈਰਿਜ ਕਰਾ ਲਈ ਸੀਗੀ। ਠੀਕ ਹੈ, ਫਿਰ ਉਸ ਤੋਂ ਬਾਅਦ ਸੱਟ ਲੱਗ ਗਈ, ਸੱਟ ਕਰਕੇ ਕਾਫੀ ਟਾਈਮ ਖੇਡਿਆ ਨੀਗਾ, ਖੇਡਣ ਤੋਂ ਬਾਅਦ ਫਿਰ ਖੇਡ ਨਹੀਂ ਹੋਇਆ ਹੀ ਨੀਗਾ, ਉਸ ਤੋਂ ਬਾਅਦ ਫਿਰ ਮੈਂ ਕੋਰੀਅਨ ਚਲੇ ਗਿਆ ਸੀਗਾ। ਅੱਛਾ ਬਾਈ, ਜਿਵੇਂ ਤੁਸੀਂ ਕੈਨੇਡਾ ਬਾ ਇਟਲੀ ਵਗੈਰਾ ਜਾਏ ਸੀਗੇ, ਆਪਣੇ ਤਾਂ ਜ਼ਿਆਦਾ ਆ ਹੀ ਹੁੰਦਾ ਨਾ ਚੱਕਰ ਵੀ ਕੈਨੇਡਾ 'ਚ ਜਾਣਾ ਯਾਰ, ਕੈਨੇਡਾ 'ਚ ਕੰਮ ਮਿਲ ਜੇ, ਕੈਨੇਡਾ 'ਚ ਪੀ ਆਰ ਹੋ ਜਾਈਏ, ਇਹ ਕੋਰੀਆ ਗਣੀ ਕਿਵੇਂ ਆਏ ਫਿਰ ਤੁਸੀਂ? ਕੋਰੀਆ ਦੇ ਵਿੱਚ ਵੀਰੇ ਇੱਦਾਂ ਆ ਬਈ, ਸ਼ੀਰਾ ਬਾਈ ਜਰਗੜੀ ਵਾਲਾ ਜੀ, ਠੀਕ ਆ, ਉਹਦੇ ਕੋਲ ਮੇਰਾ ਪਾਸਪੋਰਟ ਉੱਦਾਂ ਹੀ ਪਿਆ ਹੀ ਸੀਗਾ, ਉਹਨਾਂ ਨੇ ਮੈਨੂੰ
ਦੱਸਿਆ ਨਹੀਂ, ਵੀ ਨਹੀਂ ਗੱਲ ਮੇਰੇ ਭੁੱਲ ਗਿਆ ਮੈਂ ਦੇ ਰੱਖ ਕੇ ਫਿਰ ਲਾਲਾ ਵੀ। ਉਦੋਂ ਬਾਅਦ ਮੇਰਾ ਗੋਡੇ ਦਾ ਮੈਂ ਓਪਰੇਸ਼ਨ ਕਰਾਇਆ, ਉਦੋਂ ਓਪਰੇਸ਼ਨ ਕਰਾਉਣ ਤੋਂ ਬਾਅਦ ਲਾਲਾ ਵੀ ਸਾਲ ਕੁ ਬਾਅਦ ਮੈਨੂੰ ਸ਼ੀਰੇ ਬਾਈ ਦਾ ਫੋਨ ਆਇਆ ਬਈ ਹਾਂ ਵੀ ਕੀ ਕਰਨਾ ਤੈਂ। ਅੱਛਾ। ਮੈਂ ਬਾਈ ਨੂੰ ਕਿਹਾ ਮੈਂ ਬਾਈ ਮੈਂ ਖੇਡਣਾ, ਖੇਡ ਕੇ ਦੇਖੂੰਗਾ। ਇਹ ਮੈਨੂੰ ਕਹਿੰਦਾ ਵੀ ਗੋਡਾ ਤੇਰਾ ਠੀਕ ਆ। ਮੈਂ ਬਈ ਗੋਡਾ ਤਾਂ ਠੀਕ ਨਹੀਂ, ਅਤੇ ਕਹਿੰਦਾ ਵੀ ਜੇ ਤੈਨੂੰ ਬਾਹਰ ਭੇਜ ਦੀਏ ਕਿਤੇ। ਦੱਸਿਆ ਨਹੀਂ ਕਿਤੇ, ਦੱਸਿਆ ਨਹੀਂ, ਦੱਸਿਆ ਨਹੀਂ ਕਿਤੇ। ਉਦੋਂ ਬਾਅਦ ਬਾਈ ਨੇ ਵੀ ਵੀਜ਼ਾ ਲਵਾ ਤਾ ਮੇਰਾ, ਲਵਾਉਣ ਤੋਂ ਬਾਅਦ ਮੈਨੂੰ ਸੱਦਿਆ ਘਰੇ, ਕਹਿੰਦਾ ਤੇਰਾ ਸਾਊਥ ਕੋਰੀਆ ਦਾ ਵੀਜ਼ਾ ਲੱਗ ਗਿਆ। ਮੈਂ ਪਹਿਲਾਂ ਨਾਂ ਸੁਣਦਾ ਸੀ ਮਾੜਾ ਮੋਟਾ ਵੀ, ਪਰ ਮੈਨੂੰ ਇੰਨਾ ਹੈ ਨਹੀਂ ਸੀਗਾ। ਬਾਈ ਮੈਨੂੰ ਕਹਿੰਦਾ ਵੀ ਤੇਰਾ ਹੀ ਉੱਥੇ 20,000 ਰੁਪਇਆ ਤੈਨੂੰ ਬਚੀ ਜਾਊਗਾ। ਦੱਸਿਆ ਨਹੀਂ ਮੈਨੂੰ ਪ੍ਰੋਪਰ ਇਹਨੂੰ। ਅੱਛਾ, ਵੀ ਇੰਡੀਆ ਦਾ 20,000? ਹਾਂ ਵੀ ਕਹਾਂ, ਮੈਂ ਕਿਹਾ ਵੀ ਬਹੁਤ ਆ ਵੀ ਸੱਟ ਲੱਗੀ ਹੋਈ ਆ ਕੰਮ ਕਾਰ, ਹੁਣ ਕੌਡੀ ਖੇਡਦੇ ਨਹੀਂ ਕਿਸੇ ਕੰਮ ਕਾਰ। ਕਿਹੜੇ ਕਿਹੜੇ ਸਾਲ ਦੀ ਗੱਲ ਆ ਬਾਈ? ਇਹ ਹੈਗੀ ਆ 17 ਦੀ। ਠੀਕ ਆ, ਹਾਂ 17 ਦੀ ਗੱਲ ਹੈ। ਅਤੇ ਉਦੋਂ ਬਾਅਦ ਬਾਈ ਕਹਿੰਦਾ ਵੀ ਤੈਨੂੰ 20,000 ਰੁਪਇਆ ਬਚਿਆ ਕਰੂਗਾ। ਠੀਕ ਆ ਬਈ ਤੂੰ ਉੱਥੇ ਜਾ ਜੀ। ਮੈਂ ਵੀ ਠੀਕ ਆ। ਉਦੋਂ ਬਾਅਦ ਬਾਈ ਨੇ ਘਰੇ ਸੱਦਿਆ, ਸੱਦਣ ਤੋਂ ਬਾਅਦ ਜਦ ਮੈਂ ਉੱਥੇ ਗਿਆ 17 'ਚ ਪਹੁੰਚ ਗਏ ਫਿਰ ਤੁਸੀਂ? ਹਾਂ ਮੈਂ 17 ਦੇ ਵਿੱਚ ਗਿਆ, ਮੈਂ 10ਵੇਂ ਮਹੀਨੇ ਦੀ 17 ਤਰੀਕ ਨੂੰ। ਕਿਹੜਾ ਵੀਜ਼ਾ ਸੀ ਬਾਈ ਤੁਹਾਡੇ ਕੋਲ? ਮੇਰੇ ਕੋਲ ਟੂਰਿਸਟ ਸੀਗਾ। ਟੂਰਿਸਟ ਸੀ ਜੀ। ਅਤੇ ਉੱਥੇ ਜਾ ਕੇ ਵਾਲਾ ਵੀ ਬੰਦੇ ਕੋਲ ਰਹੇ, ਕੰਮ ਉਹਨੇ ਬਹੁਤ ਦੱਸੇ ਵੀ ਫਾਰਮਾਂ ਦਾ ਕੰਮ ਆ, ਫੈਕਟਰੀ ਦਾ ਕੰਮ ਆ, ਇੱਦਾਂ ਕੰਮ ਆ ਵੀ ਇੱਥੇ ਇੰਡੀਆ ਵਾਲੇ ਕਰਦੇ ਨਹੀਂ ਹੁੰਦੇ ਸੀ ਵਾਲਾ। ਠੀਕ ਹੈ। ਉੱਥੇ ਫਿਰ ਜਾ ਕੇ ਹੌਲੀ ਹੌਲੀ ਭੇਤ ਪੈਣ ਲੱਗ ਗਿਆ। ਇੱਕ ਤਾਂ ਬੋਲੀ ਨਹੀਂ ਆਉਂਦੀ ਸੀ ਪ੍ਰੋਪਰ। ਠੀਕ ਹੈ। ਅਤੇ ਬੋਲੀ ਬਹੁਤ ਔਖੀ ਲੱਗਦੀ ਸੀਗੀ ਵੀ ਕਿੱਦਾਂ ਬੋਲਣਾ। ਕਿੰਨੇ ਕੁ ਮਹੀਨੇ ਤੁਹਾਨੂੰ ਉੱਥੇ ਔਖਾ ਲੱਗਾ ਜਾਣ ਸਾਰ? ਬੰਦਾ ਜਦੋਂ ਜਾਂਦਾ ਬੋਲੀ ਅੱਡ ਹੈ, ਦੇਸ਼ ਅੱਡ ਹੈ, ਕਿੰਨੇ ਕੁ ਮਹੀਨੇ ਔਖਾ ਲੱਗਿਆ ਤੁਹਾਨੂੰ? ਪਹਿਲਾਂ ਜਿਵੇਂ ਮੁੰਡਾ ਮਾਊ ਸੀ ਫਲਾਉਣ ਤੋਂ, ਠੀਕ ਹੈ, ਬਾਈ ਉਹਨੇ ਜਾਣਦੇ ਸੀਗੇ ਸ਼ੀਰੇ ਹੋਣੀ ਉਹਨੂੰ। ਮੈਂ ਉੱਥੇ ਰਿਹਾ, ਮੈਂ ਉਹਦੇ ਕੋਲ ਰਿਹਾ 6 ਮਹੀਨੇ। ਜਾਣੀ ਜੀ ਕਿਤੇ ਕੰਮ ਕਰਿਆ ਹੁੰਦਾ, ਕਦੇ ਆ ਗਏ ਚਲੇ ਗਏ, ਕਦੇ ਕਿਤੇ ਕੰਮ, ਕਦੇ ਕਿਤੇ ਕੰਮ। ਬੋਲੀ ਕਰਕੇ ਕੰਮ ਵਧੀਆ ਲੱਗਦਾ ਸੀਗਾ ਪਹਿਲਾਂ ਪਹਿਲਾਂ ਬਈ ਯਾਰ, ਜੇ ਕੋਈ ਮਾਲਕ ਕੰਮ ਦੱਸ ਦਿੰਦਾ ਸੀਗਾ। ਪਹਿਲਾਂ ਕੰਮ ਕਿੱਥੇ ਲੱਗੇ ਬਈ ਫਿਰ ਤੁਸੀਂ? ਪਹਿਲਾਂ ਮੈਂ ਲੱਗਿਆ ਜਿੱਥੇ ਮੈਂ ਦਿਹਾੜੀ ਦਿਹੁੜੀ ਕਰਦਾ ਸੀ, ਜਿਵੇਂ ਘਰਾਂ ਘੁਰਾਂ ਦਾ ਕੰਮ ਹੁੰਦਾ ਸੀਗਾ। ਅੱਛਾ। ਜਿਵੇਂ ਫਾਰਮ ਫੁਰਮ ਢਾ ਕੇ ਬੰਦਾ ਨਵਾਂ ਬਣਾਉਂਦਾ, ਉਹ ਤੇ ਦਿਹਾੜੀ ਦਿਹੁੜੀ ਲੈ ਆਉਂਦਾ ਸੀ। ਠੀਕ ਹੈ। ਫਿਰ ਮੈਂ ਲਾ ਲਾ ਬੱਚਿਆਂ ਵਾਲੇ ਫਾਰਮ 'ਚ ਵੀ ਲੱਗਿਆ, ਫਿਰ ਅਸੂਲ ਵਾਲੇ ਫਾਰਮ 'ਚ ਵੀ ਲੱਗ ਕੇ ਦੇਖਿਆ, ਉੱਥੇ ਹੋਇਆ ਨਹੀਂ ਕੰਮ ਉੱਥੇ। ਫਿਰ ਹੌਲੀ ਹੌਲੀ ਕਰਕੇ ਫਿਰ ਇੱਕ 6 ਮਹੀਨੇ ਬਾਅਦ ਜਾਣੇ ਜੀ ਮੇਰਾ ਬੱਚਿਆਂ ਵਾਲੇ ਫਾਰਮ ਦੇ ਵਿੱਚ ਕੰਮ ਵਧੀਆ ਨਿਕਲਿਆ। ਫਿਰ ਮੈਂ 6 ਮਹੀਨੇ ਬਾਅਦ ਮੈਂ ਉੱਥੇ ਰਿਹਾ। ਕੀ ਕੰਮ ਹੁੰਦਾ ਤੇ ਉੱਥੇ? ਜਿਵੇਂ ਹੁਣ ਤੁਹਾਡੀ ਸਵੇਰ ਚੜ ਗਈ, ਦਿਨ ਚੜ ਗਿਆ, ਦਿਨ ਕਿਵੇਂ ਬੀਤਦਾ ਸੀ? ਕੀ ਕਿੰਨਾ ਕੁ ਕੰਮ ਹੁੰਦਾ ਸੀਗਾ? ਕੰਮ ਤਾਂ ਵੀ ਜਿਹੜਾ ਬੱਚਿਆਂ ਦਾ ਕੰਮ ਹੁੰਦਾ ਸੀਗਾ ਨਾ, ਉਹ ਹੁੰਦਾ ਸੀਗਾ 2 ਕੁ ਘੰਟੇ ਹੁੰਦਾ ਸੀ ਸਵੇਰੇ 6:30 ਤੋਂ ਲੈ ਕੇ 8:30 ਤੱਕ। ਠੀਕ ਆ। ਉਹਨਾਂ ਨੂੰ ਨਾਲ ਜਿਵੇਂ ਪਰਾਲੀ ਪਾਤੀ, 400 ਜਾਨਵਰ ਸੀਗਾ, ਇਕੱਲਾ ਮੈਂ ਸਾਂਭਦਾ ਸੀ 400 ਨੂੰ। ਅੱਛਾ। ਪਹਿਲਾਂ ਜਿਵੇਂ ਪਰਾਲੀ ਪਾਤੀ, ਫਿਰ ਵਾਲਾ ਵੀ 4-4 ਬੱਚੇ ਇੱਕ ਖਾਨੇ 'ਚ ਹੁੰਦੇ ਸੀਗੇ। ਅੱਛਾ। ਉਹਨਾਂ ਨੂੰ ਲਾ ਵੀ ਉਹ ਹਿਸਾਬ ਨਾਲ 1-1.5 ਕਿਲੋ 2-2 ਕਿਲੋ ਫੀਡ ਪਾਉਣੀ ਹੁੰਦੀ ਸੀਗੀ। ਠੀਕ ਹੈ। ਉਹ ਬਸ 2 ਘੰਟੇ ਵਿੱਚ ਕੰਮ ਉਹੀ ਹੁੰਦਾ ਸੀ ਮੇਰੇ ਤੋਂ। ਠੀਕ ਹੈ। ਪਹਿਲਾਂ ਪਰਾਲੀ ਪਾਤੀ, ਘੰਟੇ ਜੀ ਫੀਡ ਪੈ ਗਏ, 2 ਘੰਟੇ 'ਚ ਕੰਮ ਖਤਮ ਹੋ ਜਾਂਦਾ ਸੀਗਾ। ਫਿਰ ਦੁਪਹਿਰੇ ਘੰਟਾ ਕੁ ਹੁੰਦਾ ਸੀਗਾ, ਜਿਹੜੀ ਫੀਡ ਖੰਡਾਈ ਹੁੰਦੀ ਸੀਗੀ ਉਹਨੂੰ ਮਾੜਾ ਲਵੇ ਲਾ ਆਉਂਦੇ ਸੀਗੇ। ਫਿਰ ਸ਼ਾਮ ਨੂੰ ਵੀ ਉਹੀ ਕੰਮ ਸੀਗਾ। ਠੀਕ ਹੈ। ਜਾਂ ਜੀ ਕੁੱਲ ਨਾਲ 5 ਘੰਟੇ ਕੰਮ ਸੀਗਾ ਵੰਡ ਕੇ। ਹਾਂ, ਵੰਡ ਕੇ। ਫਿਰ ਬਾਈ ਉੱਥੇ ਜਿਵੇਂ ਤੁਹਾਡੇ ਕੋਲ ਟੂਰਿਸਟ ਵੀਜ਼ਾ ਸੀਗਾ, ਫਿਰ ਟੂਰਿਸਟ ਨੂੰ ਕੰਮ ਮਿਲ ਜਾਂਦਾ ਸੀਗਾ ਉੱਥੇ? ਜਿਵੇਂ ਕਈ ਤੌਰ ਜਿਵੇਂ ਆਪਾਂ ਕੈਨੇਡਾ ਅਮਰੀਕਾ ਦੇਖਦੇ ਹਾਂ ਵੀ ਵਰਕ ਪਰਮਿਟ 'ਤੇ ਜਾਂਦੇ ਨੇ ਲੋਕ, ਵੀ ਟੂਰਿਸਟ ਨੂੰ ਉੱਥੇ ਕੋਈ ਤੰਗੀ ਪੇਸ਼ੀ ਨਹੀਂ ਹੁੰਦੀ ਸੀ ਕੰਮ 'ਚ ਤੁਹਾਨੂੰ? ਨਹੀਂ, ਤੰਗੀ ਪੇਸ਼ੀ ਤਾਂ ਨਹੀਂ ਹੈਗੀ। ਹੁਣ ਕਈ ਬੰਦੇ ਆਏ ਉੱਥੇ ਜਾ ਕੇ ਪੇਪਰ ਲੈ ਲੈਂਦੇ ਨੇ, ਉਹ ਇੱਕ ਕਾਰਡ ਜਿਹਾ ਬਣ ਜਾਂਦਾ ਟੂਰਿਸਟ ਟੂਰੈਟ ਤੋਂ। ਹਾਂ,
ਟੂਰੈਟ ਤੋਂ ਲਾ ਲਓ ਵੀ ਜਿਹੜਾ ਰਿਫਿਊਜੀ ਕਹਿੰਦੇ ਹੁੰਦੇ ਨੇ, ਬਾਕੀ ਸਾਰੇ ਦੇਸ਼ਾਂ 'ਚ ਵੀ ਹੁੰਦਾ ਉਹ ਰਿਫਿਊਜੀ ਕਾਰਡ ਬਣ ਜਾਂਦਾ ਉਹ 5 ਸਾਲ ਦਾ। ਠੀਕ ਹੈ, ਜੇ ਬੰਦੇ ਨੂੰ ਉੱਥੇ ਜਾਣ ਸਾਰ ਬੰਦਾ ਮੂਹਰਲੇ ਬੰਦੇ ਨੂੰ ਨੌਲੇਜ ਆ ਜਿਹਦੇ ਕੋਲ ਆਪਾਂ ਜਾਂਦੇ ਹਾਂ, ਜੇ ਉਹ ਤੁਹਾਡੀ ਮਾੜੀ ਜਿਹੀ ਹੈਲਪ ਕਰ ਦੇਵੇ ਨਾ ਵੀ ਭਾਈ ਤੂੰ ਆਹ ਕੰਮ ਕਰ ਲਾ ਵੀ ਹਜੇ ਨਾ ਤੈਨੂੰ ਬੋਲੀ ਆਉਂਦੀ ਆ ਨਾ ਤੈਨੂੰ ਕੰਮ ਹੋਣਾ, ਵੀ ਘੱਟੋ ਘੱਟ ਤੁਹਾਨੂੰ 10 ਦਿਨ ਜਾਂ ਮਹੀਨਾ ਮੱਲੋ ਮੱਲੀ ਤੈਨੂੰ ਕੰਮ ਮਿਲਣ ਨੂੰ ਲੱਗ ਜਾਣਾ, 6 ਮਹੀਨੇ ਤਾਂ ਲੱਗੇ ਜਾਂਦੇ ਨੇ ਪ੍ਰੋਪਰ ਵਧੀਆ ਕੰਮ ਲੱਭਣ ਪੱਕਾ ਕੰਮ ਨੂੰ। ਹਾਂ, ਨਹੀਂ 5 ਦਿਨ ਕਿਤੇ ਕਰ ਲਓ 5 ਦਿਨ ਕਿਤੇ ਕਰ ਲਓ, ਉਹ ਤਾਂ ਪਤਾ ਹੀ ਆ ਵੀ ਆਪਾਂ ਨੂੰ ਮਿਲੀ ਜਾਂਦਾ ਇੱਕ ਨੂੰ। ਮੈਂ ਤਾਂ ਰਾਏ ਦਊਂਗਾ ਵੀ ਜੇ ਕੋਈ ਬੰਦਾ ਸਾਊਥ ਕੋਰੀਆ ਜਾਂਦਾ ਸਾਰਿਆਂ ਨੂੰ ਪਹਿਲਾਂ ਤਾਂ ਆਪਦੀ ਜਾ ਕੇ ਉੱਥੇ ਕਈ ਬੰਦੇ ਨੂੰ ਮਿਲੇ ਜਿਹੜੇ ਉੱਥੇ ਆਪਣੇ ਦੁਕਾਨਾਂ ਵਾਲੇ ਨੇ ਮੁੰਡੇ ਜਿਹੜੇ ਆਪਣੇ ਫਾਰਮਾਂ ਦੇ ਵਿੱਚ ਪੁਰਾਣੇ ਬੰਦੇ ਨੇ ਜਿਹਨਾਂ ਕੋਲ ਪਾਸਪੋਰਟ ਨੇ, ਉਹਨਾਂ ਕੋਲ ਜਾਣ ਉਹਨਾਂ ਨੂੰ ਪੁੱਛਣ ਵੀ ਅਸੀਂ ਭਾਈ ਕਾਰਡ ਬਣਾਉਣਾ, ਉਹ ਸੈਂਪਲ ਜਿਹਾ ਹੀ ਹੁੰਦਾ ਬਸ, ਇੱਕ ਪਹਿਲਾਂ ਡਾਕਟਰੀ ਕਰਾਉਣੀ ਹੁੰਦੀ ਆ, ਹਫ਼ਤੇ ਕੁ ਬਾਅਦ ਡਾਕਟਰੀ ਆ ਜਾਂਦੀ ਆ, ਫਿਰ ਜਿਹੜਾ ਘਰ ਦਾ ਐਡਰੈਸ ਹੁੰਦਾ ਥੋੜ੍ਹਾ ਜਿਹਾ ਉਹ ਮੰਗਦੇ ਹੁੰਦੇ ਨੇ ਉਹ ਇਮੀਗ੍ਰੇਸ਼ਨ ਵਾਲੇ। ਠੀਕ ਹੈ, ਅਤੇ ਇੱਕ ਫਾਈਲ ਜਮ੍ਹਾਂ ਭਰਨੀ ਹੁੰਦੀ ਆ, ਆਪ ਉਹ 3-4 ਕੁ ਚੀਜ਼ਾਂ ਨੇ ਉਹ ਆਪਣੀਆਂ ਪੂਰੀਆਂ ਕਰਕੇ ਇਮੀਗ੍ਰੇਸ਼ਨ 'ਚ ਦੇ ਆਓ। ਫਿਰ ਜਿਹੜਾ ਇਹ ਕਾਰਡ ਬਣਦਾ ਬਾਈ ਇਹਦਾ ਖਰਚਾ ਕਿੰਨਾ ਕੁ ਆਉਂਦਾ? ਖਰਚਾ ਤਾਂ ਉੱਥੇ ਫੀਸ ਹੀ ਲੱਗਦੀ ਆ, ਬਾਹਲਾ ਨਹੀਂ ਅੰਡਾ ਨਹੀਂ ਜੀ, ਬੰਦੇ ਨੂੰ ਆਇਆ ਵੀ ਥੋੜ੍ਹਾ ਜਿਹਾ ਖੁੱਲ੍ਹ ਕੇ ਬੰਦਾ ਉੱਥੇ ਫਿਰ ਸਕਦਾ, ਜਿਹਦੇ ਕੋਲ ਕਾਰਡ ਨਹੀਂ ਹੈਗਾ ਉਹ ਬੰਦਾ ਲਾ ਲਾ ਵੀ 24 ਘੰਟੇ ਡਰੀ ਜਿਹਾ ਜਾਂਦਾ ਹੁੰਦਾ ਵੀ ਹਾਲਾਂ ਕਦੇ ਇੱਧਰੋਂ ਆ ਪੁਲਿਸ ਆ ਜਾਵੇ ਕਦੇ ਇੱਧਰੋਂ ਆ, ਹੁੰਦਾ ਤਾਂ ਕੁਛ ਨਹੀਂ ਜੇ ਤੁਸੀਂ ਕੋਈ ਗਲਤੀ ਨਹੀਂ ਕਰਦੇ ਹੈਗੇ, ਪਰ ਜੀ ਥੋੜ੍ਹਾ ਡਰ ਤਾਂ ਰਹਿੰਦਾ ਹੀ ਆ। ਜਿਵੇਂ ਆਪਾਂ ਹੋਰ ਮੁਲਕਾਂ ਦੇ ਐਵੇਂ UK ਜਾ ਕੇ ਜੇ ਲੋਕ ਡਰ ਕੇ ਰਹਿੰਦੇ ਨੇ ਵੀ ਵੀਜ਼ਾ ਮੁੱਕ ਗਿਆ, ਉੱਥੇ ਰੇਡਾਂ ਰੂਡਾਂ ਵੀ ਵੱਜਦੀਆਂ ਨੇ ਪੁਲਿਸ ਦੀਆਂ, ਕੋਰੀਆ 'ਚ ਵੀ ਇਹੋ ਜਿਹਾ ਸਿਸਟਮ ਹੈ? ਜਾਂ ਜਿੰਨਾ ਚਿਰ ਆਪਾਂ ਕਿਸੇ ਨਾਲ ਲੜਦੇ ਨਹੀਂ ਨਾ ਉੱਥੇ ਜਾਂ ਕਿਸੇ ਨਾਲ ਬਹਿਸਬਾਜ਼ੀ ਨਹੀਂ ਕਰਦੇ ਉਨਾ ਚਿਰ ਤੁਹਾਨੂੰ ਕੋਈ ਨਹੀਂ ਕੁਛ ਕਹੂਗਾ, ਜੇ ਤੁਸੀਂ ਮਾੜਾ ਮੋਟਾ ਕਿਸੇ ਨਾਲ ਲੜ ਪਏ ਜਾਂ ਕੋਈ ਮਾਲਕ ਨਾਲ ਜਾਂ ਕਿਸੇ ਨੂੰ ਬਿਨਾਂ ਦੱਸੇ ਭੱਜ ਗਏ ਤੇ ਉਹ ਫਿਰ ਕੰਮ ਔਖਾ ਹੋ ਜਾਂਦਾ। ਠੀਕ ਹੈ, ਉਹ ਫਿਰ ਸ਼ਿਕਾਇਤ ਸ਼ਿਕੂਤ ਕਰ ਦਿੰਦੇ ਨੇ, ਫਿਰ ਇਮੀਗ੍ਰੇਸ਼ਨ ਪੈ ਜਾਂਦੀ ਆ ਉੱਥੇ, ਜਿਵੇਂ ਕੋਈ ਕਈ ਫੈਕਟਰੀਆਂ 'ਚ ਵੀ ਪੈ ਜਾਂਦੀ ਆ, ਅਤੇ ਜੇ ਕੋਈ ਫਾਰਮ ਦੇ ਵਿੱਚ ਵੀ ਗਲਤ ਕੰਮ ਕਰਦਾ ਫਿਰ ਉੱਥੇ ਵੀ ਪਵਾ ਦਿੰਦੇ ਨੇ। ਜਿਹੜੇ ਮਾਲਕ ਹੁੰਦੇ ਨੇ ਮੈਂ ਫਾਰਮ 'ਚ ਕੰਮ ਕਰਦਾ ਬੰਦਾ ਕੋਈ ਕਾਰਡ ਬਣਿਆ ਨਹੀਂ ਹੋਇਆ, ਮਾਲਕਾਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ, ਉਹ ਨਹੀਂ ਪੁੱਛਦੇ ਵੀ ਭਾਈ ਜਿਵੇਂ ਆਪਣੇ ਉਰੇ ਭਈਆ ਵੀ ਆਉਂਦਾ ਆਪਾਂ ਉਦੋਂ ਉਹ ਲੈਂਦੇ ਹਾਂ ਵੀ ਤੂੰ ਕਿੱਥੋਂ ਆਇਆ ਕੀ ਗੱਲ ਹੈ, ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਵੀ ਕਿੱਥੋਂ ਆਇਆ ਇਹ ਬੰਦਾ। ਨਹੀਂ, ਉਹਨਾਂ ਨੂੰ ਸਸਤਾ ਮਿਲ ਜਾਂਦਾ ਬੰਦਾ, ਤਨਖਾਹ ਥੋੜ੍ਹੀ ਜਿਹੀ ਘੱਟ ਦਿੰਦੇ ਨੇ ਫੈਕਟਰੀਆਂ ਨਾਲੋਂ, ਅਤੇ ਬਸ ਇਹੀ ਫਾਇਦਾ ਹੋ ਜਾਂਦਾ ਉਹਨਾਂ ਨੂੰ। ਨਹੀਂ ਉਹਨਾਂ ਨੂੰ ਲਾ ਲਾ ਵੀ ਪਤਾ ਤਾਂ ਸਾਰਿਆਂ ਨੂੰ ਹੁੰਦਾ ਵੀ ਕਿਹੜਾ ਬੰਦਾ ਫਾਰਮਾਂ 'ਚ, ਕਿਉਂ ਆ ਕੋਰੀਅਨ ਬੰਦੇ ਕੰਮ ਨਹੀਂ ਕਰਦੇ ਬਾਹਲਾ, ਜੇ ਕੰਮ ਕਰਦੇ ਨੇ ਤਾਂ ਤਨਖਾਹਾਂ ਬਹੁਤ ਨੇ ਉਹਨਾਂ ਦੀਆਂ, ਜੇ ਉਹਨਾਂ ਨੂੰ ਇੱਕ ਨਾ ਬਿਨਾਂ ਪੇਪਰਾਂ ਤੋਂ ਬੰਦਾ ਮਿਲਦਾ, ਇੱਕ ਤਾਂ ਤਨਖਾਹ ਘੱਟ ਦੇਣੀ ਪੈਂਦੀ ਹੈ, ਇੱਕ ਬੰਦਾ ਰਹਿੰਦਾ ਉਹ ਫਾਰਮ 'ਚ ਹੀ ਆ। ਅਤੇ ਜਿਹੜਾ ਕਾਰਡ ਬਣਦਾ ਬਾਈ ਉਹਦੇ ਕੀ ਫਾਇਦੇ ਹੁੰਦੇ ਨੇ? ਉਹਦੇ ਆਪਾਂ ਨਾਲ ਵੀ ਫਾਇਦੇ ਇਹ ਹੋ ਜਾਂਦੇ ਨੇ, ਇੱਕ ਤਾਂ ਬੰਦਾ ਇੰਡੀਆ ਆ ਸਕਦਾ, ਇੰਡੀਆ ਨਾਲ ਵੀ 2-3 ਗੇੜੇ ਮਾਰ ਸਕਦਾ ਉਹ। ਉਹਦੀ ਕਾਰਡ ਦੀ ਮਨਿਆਦ 5 ਸਾਲ ਦੀ ਹੁੰਦੀ? 5 ਸਾਲ ਦੀ ਹੁੰਦੀ ਆ, ਹਾਂਜੀ 6 ਮਹੀਨੇ ਬਾਅਦ ਰੀਨਿਊ ਕਰਾਉਣਾ ਹੁੰਦਾ, ਜਾਂ ਜੋ ਚੱਲਦਾ 5 ਸਾਲ ਹੀ ਆ। ਠੀਕ ਹੈ, 5 ਸਾਲ ਤੋਂ ਬਾਅਦ ਫਿਰ ਤੁਸੀਂ ਤੁਹਾਨੂੰ ਇੱਕ ਪੇਪਰ ਕਾਰਡ ਦੇ ਦਿੰਦੇ ਨੇ ਵੀਜ਼ਾ ਪੇਪਰ ਵੀਜ਼ਾ, ਉਹਦੇ ਵਿੱਚ ਤੁਸੀਂ ਇੰਡੀਆ ਨਹੀਂ ਆ ਸਕਦੇ ਹੈਗੇ ਪਰ। ਅੱਛਾ, ਪੇਪਰ ਉੱਥੇ ਜਿਵੇਂ ਮਰਜ਼ੀ ਤੁਸੀਂ ਕੰਮ ਕਾਰ ਵਧੀਆ ਕਰ ਸਕਦੇ ਹੋ। ਉਹ ਰਿਫਿਊਜੀ ਕੇਸ 'ਚ ਆ ਜਾਂਦਾ? ਉਹ ਰਿਫਿਊਜੀ ਕੇਸ 'ਚ ਆ ਜਾਂਦਾ। ਹੋਰ ਕੀ ਸਹੂਲਤਾਂ ਮਿਲਦੀਆਂ ਨੇ ਉਹ ਕਾਰਡ ਦੀਆਂ ਫਿਰ ਬਈ? ਕਾਰਡ ਜੇ ਤੁਹਾਡੇ ਕੋਲ ਕਾਰਡ ਆ ਫਿਰ ਤੁਸੀਂ ਲਾਇਸੈਂਸ ਬਣਵਾ ਸਕਦੇ ਹੋ ਆਪਦਾ ਗੱਡੀ ਦਾ, ਅਤੇ ਹੋਰ ਬੈਂਕ ਅਕਾਊਂਟ ਖੋਲ੍ਹ ਜਾਂਦਾ। ਅੱਛਾ, ਬੈਂਕ ਅਕਾਊਂਟ ਖੋਲ੍ਹ ਜਾਂਦਾ ਵਧੀਆ ਬੰਦਾ, ਜਿਵੇਂ ਆਪਾਂ ਇੱਥੇ ਇੰਡੀਆ ਰਹਿੰਦੇ ਹਾਂ ਆਪਣੇ ਫੋਨ ਤੋਂ ਹੀ ਪੈਸੇ ਬੋਏ ਪਾ ਦਿੰਦਾ ਬੰਦਾ, ਪੈਸੇ ਪਾਉਣ 'ਚ ਆਸਾਨੀ ਹੋ ਜਾਂਦੀ? ਹਾਂ, ਆਸਾਨੀ ਹੋ ਜਾਂਦੀ ਆ, ਨਹੀਂ ਫਿਰ ਬੰਦੇ ਨੂੰ ਕਿਸੇ ਨੂੰ ਕਹਿਣਾ ਪੈਂਦਾ ਯਾਰ ਤੂੰ ਮੇਰੇ ਪੈਸੇ ਪਾ ਦੇ। ਹੋਰ ਸਹੂਲਤਾਂ, ਡਾਕਟਰੀ ਸਹੂਲਤਾਂ ਵਗੈਰਾ? ਹਾਂ, ਸਾਰਾ ਕੁਛ ਮਿਲਦਾ, ਕਾਰਡ ਬਣ ਜਾਂਦਾ, ਜਿਵੇਂ ਫੈਕਟਰੀ 'ਚ ਬੰਦਾ ਕਾਰਡ ਵਾਲਾ ਲੱਗਦਾ ਡਾਕਟਰੀ ਕਾਰਡ ਬਣ ਜਾਂਦਾ,
ਇੱਕ ਉਹਨੂੰ ਛੁੱਟੀ ਬਹੁਤ ਮਿਲਦੀ ਆ। ਅੱਛਾ। ਬਾਰ ਐਤਵਾਰ ਦੀ ਛੁੱਟੀ ਆ ਜਾਂਦੀ ਆ, ਜਿਵੇਂ ਉੱਥੇ ਚੂਸਕ ਕਹਿੰਦੇ ਨੇ, ਆਪਣੇ ਸਰਾਧ ਕਹਿੰਦੇ ਨੇ, ਉਹ ਲਾ ਵੀ ਚਾਰ ਪੰਜ ਹੁੰਦੀ ਆ ਛੁੱਟੀ, ਉਹਨਾਂ ਦਾ ਤਿਉਹਾਰ ਹੁੰਦਾ, ਉਹਨਾਂ ਦਾ ਤਿਉਹਾਰ ਹੁੰਦਾ, ਉਹ ਚਾਰ ਪੰਜ ਛੁੱਟੀਆਂ ਫਿਰ ਉਹ ਫੈਕਟਰੀ ਬੰਦ ਰਹਿੰਦੀ ਆ, ਫਿਰ ਉਹਨਾਂ ਨੂੰ ਛੁੱਟੀਆਂ ਹੁੰਦੀਆਂ ਨੇ, ਨਾਲੇ ਉਹਨਾਂ ਨੂੰ ਪੈਸੇ ਦਿੰਦਾ। ਮਤਲਬ ਵੀ ਕੋਰੀਅਨ ਸਿਟੀਜ਼ਨ ਜਿੰਨੀ ਸਹੂਲਤ ਮਿਲਦੀ ਆ, ਮਿਲਦੀ ਆ ਉਨੀ ਮਿਲਦੀ ਆ ਜੀ ਭਾਈ। ਕੰਮ ਮਤਲਬ ਵੀ ਸ਼ੁਰੂ 'ਚ ਜਾਂਦਾ ਬੰਦਾ ਕੋਈ, ਜਿਵੇਂ ਜਾਂਦਾ ਅੱਜ, ਕਿਹੜੇ ਕੰਮ ਤੋਂ ਸ਼ੁਰੂ ਕਰਦੇ ਨੇ ਬੰਦੇ ਉੱਥੇ ਜ਼ਿਆਦਾਤਰ? ਜ਼ਿਆਦਾਤਰ ਤਾਂ ਜਿਹੜਾ ਨਵਾਂ ਨਵਾਂ ਜਾਂਦਾ ਉਹ ਤਾਂ ਫਾਰਮ 'ਚ ਹੀ ਬਹਿੰਦਾ ਜਾ ਕੇ। ਮੇਰੀ ਤਾਂ ਸਲਾਹ ਇਹ ਹੈ ਵੀ ਜੇ ਕਿਸੇ ਨੇ ਪੈਸੇ ਕਮਾਉਣੇ ਆ ਤਾਂ ਫਾਰਮ ਦਾ ਕੰਮ ਲੱਭੇ, ਅਤੇ ਉਹ ਫਾਰਮ ਦੇ ਵਿੱਚ ਆਇਆ ਹੁੰਦਾ ਵੀ ਥੋੜ੍ਹਾ ਜਿਹਾ ਬੋਲੀ ਦਾ ਤਾਂ ਫਰਕ ਹੋ ਜਾਂਦਾ, ਪਰ ਜੇ ਪੱਕਾ ਕੰਮ ਮਿਲ ਜਾਂਦਾ ਫਿਰ ਬੰਦੇ ਦੀ ਹੌਲੀ ਹੌਲੀ ਕਰਕੇ 6 ਮਹੀਨੇ ਬਾਅਦ ਸਾਲ ਬਾਅਦ ਤਨਖਾਹ ਵਧੀ ਜਾਂਦੀ ਆ। ਕਿੰਨੇ ਤੋਂ ਤਨਖਾਹ ਸ਼ੁਰੂ ਹੁੰਦੀ ਆ ਬੰਦੇ ਦੀ ਫਾਰਮ 'ਚ? ਹੁਣ ਵੀ 20 ਲੱਖ ਬਾਉਣ ਚੱਲਦਾ, ਉਹਦਾ ਲੱਖਾਂ ਦੇ ਵਿੱਚ। ਇੱਧਰ ਕਿੰਨਾ ਬਣਦਾ ਫਿਰ ਉਹ? ਇੱਧਰਲਾ ਲਾ ਲਓ ਵੀ 1.5 ਤੋਂ ਉੱਪਰ ਆ, 1.5 ਲੱਖ ਤੋਂ ਉੱਪਰ ਬਣ ਜਾਂਦਾ, 1.5 ਲੱਖ ਤੋਂ ਉੱਪਰ ਬਣ ਜਾਂਦਾ ਮਹੀਨੇ ਦਾ। ਮਹੀਨੇ ਦਾ ਸ਼ੁਰੂਆਤ ਆ ਉਹ, ਜਾਣੀ ਜੀ ਫਿਰ ਜਦ ਬੰਦਾ ਕੰਮ ਸਿੱਖ ਜਾਂਦਾ, ਮਾੜੀ ਮੋਟੀ ਬੋਲੀ ਸਿੱਖ ਜਾਂਦਾ, ਫਿਰ 25-30 ਦੇ ਵਿੱਚ ਹੋ ਜਾਂਦੀ ਆ। ਮਤਲਬ ਵੀ ਜਿਹੜਾ ਪੂਰਾ ਹਾਈ ਹੁੰਦਾ, ਹਾਂ ਇਹ ਆ ਗਿਆ ਫਾਰਮਾਂ ਦੀ ਤਨਖਾਹ। ਫਾਰਮਾਂ ਦੀ, ਹਾਂ। ਫਿਰ ਹੋਰ ਕਿਹੜੇ ਕਿਹੜੇ ਕੰਮ ਕਰਦੇ ਨੇ ਆਪਣੇ ਬੰਦੇ? ਫਿਰ ਫੈਕਟਰੀਆਂ ਨੇ, ਫੈਕਟਰੀਆਂ ਦਾ ਜਿਵੇਂ ਆਪਣੇ ਔਕੜ, ਉਹਨਾਂ ਦੀ ਤਨਖਾਹ ਬੇਸਿਕਲੀ ਲੱਗਦੀ ਨਾ 25 ਲੱਖ ਤੋਂ ਸ਼ੁਰੂ ਹੁੰਦੀ ਆ ਉਹਨਾਂ ਦੀ, ਉਹਦੇ ਵਿੱਚ ਬੋਨਸ ਬੋਨਸ ਪਾ ਕੇ ਜਾਣੀ ਚਾਹੀਏ ਉਹ 27-28 ਤੱਕ ਕੱਢ ਦਿੰਦੇ ਨੇ ਉਹ। ਅੱਛਾ। ਨਾਲੇ ਉਹਨਾਂ ਨੂੰ ਛੁੱਟੀਆਂ ਵੱਧ ਹੁੰਦੀਆਂ ਨੇ। ਫੈਕਟਰੀ ਵਾਲਿਆਂ ਨੂੰ ਕੀ ਕੀ ਸਹੂਲਤਾਂ ਮਿਲਦੀਆਂ ਨੇ ਬਾਈ? ਅਤੇ ਫਾਰਮ ਔਖਾ ਕੰਮ, ਮਤਲਬ ਵੀ ਆਪਾਂ ਪੰਜਾਬੀ 'ਚ ਕਹੀਏ ਵੀ ਜ਼ਿਆਦਾ ਔਖਾ ਬੰਦਾ ਕਾਹ 'ਚ ਹੁੰਦਾ, ਫਾਰਮ ਵਾਲੇ 'ਚ ਹੁੰਦਾ ਜਾਂ ਫੈਕਟਰੀ ਵਾਲੇ 'ਚ ਹੁੰਦਾ? ਨਹੀਂ, ਔਖਾ ਕਿਤੇ ਵੀ ਨਹੀਂ ਹੁੰਦਾ। ਉਹ ਬੰਦਾ ਲਾ ਵੀ ਔਖਾ ਕਿੰਨਾ 5-4 ਦਿਨ ਔਖਾ ਰਹੂਗਾ, ਉਹ ਵੀ ਜਦ ਤੱਕ ਤੈਨੂੰ ਤੇਰਾ ਹੱਥ ਨਹੀਂ ਸਿੱਧਾ ਹੁੰਦਾ। ਅੱਛਾ। ਜਿਹੜੇ ਕੰਮ ਨੂੰ ਮਰਜ਼ੀ ਆ, ਹੁਣ ਨਾ ਮੈਂ ਇੱਥੇ ਕਦੇ ਬਿਲਡਿੰਗ ਕੀਤੀ ਸੀਗੀ, ਨਾ ਮੈਂ ਕਦੇ ਇੱਥੇ JCB ਚਲਾਈ ਸੀਗੀ, ਨਾ ਕਦੇ ਮੈਂ ਕੋਈ ਹੋਰ ਮਸ਼ੀਨ ਚਲਾਈ ਸੀਗੀ ਜਿਹੜੀਆਂ ਉੱਥੇ ਮਸ਼ੀਨ। ਤੁਸੀਂ ਕਬੱਡੀ ਖੇਡਦੇ? ਹਾਂ, ਕਬੱਡੀ ਖੇਡਿਆ ਉੱਥੇ ਜਾ ਕੇ, ਜਾਣੀ ਜੀ JCB ਮੈਂ ਇਕੱਲੇ ਹੀ ਭਜਾਈ ਫਿਰਦਾ ਸੀਗਾ। ਅੱਛਾ। ਸਾਰਾ ਕੁਛ ਮੈਂ ਆਪ ਹੀ ਕਰਨ ਲੱਗ ਗਿਆ ਸੀਗਾ। JCB ਫਾਰਮ 'ਚ ਲੋਡ ਪੈਂਦੀ ਸੀ ਲੋਡ? ਹਾਂ, ਵੱਡੇ ਵੱਡੀਆਂ ਜਿਵੇਂ ਹੁਣ ਗੱਠਾਂ ਜਿਹੀਆਂ ਨਹੀਂ ਆਉਂਦੀਆਂ ਆਪਣੇ, ਚਾਰ ਦੀਆਂ ਗੱਠਾਂ, ਉਹ ਛੋਟੀਆਂ ਨੇ, ਉਹ ਉੱਥੇ ਉਹ ਘਾਹ ਦੀ ਗੱਠ ਹੁੰਦੀ ਆ, ਉਹ 3-3.5 ਕੁਇੰਟਲ ਦੀ ਹੁੰਦੀ ਆ। ਅੱਛਾ। ਉਹ ਜਾਣੀ ਜੀ ਮਸ਼ੀਨ ਨਾਲ ਚੱਕ ਚੱਕ ਫਾਰਮਾਂ 'ਚ ਰੱਖਣੀ ਪੈਂਦੀ ਆ, ਟੁੱਕਾ ਟਾਕਾ ਕਰਾਉਣਾ ਪੈਂਦਾ। ਉਹ ਜਾਣੀ ਉੱਥੇ ਰਹਿ ਕੇ ਬਿਲਡਿੰਗ ਦਾ ਵੀ ਕੰਮ ਸਿੱਖ ਲਿਆ ਉੱਥੇ, ਜੇ ਕੋਈ ਪੈਪ ਟੁੱਟ ਜਾਂਦਾ ਜੀ ਫਾਰਮ 'ਚ, ਮਾਰ ਕਹਿੰਦਾ ਜੀ ਤੂੰ ਕਰੀ ਚੱਲ, ਕੋਈ ਨਾ ਕਦੇ ਤਾਂ ਆਊਗੀ ਉਹ ਤੈਨੂੰ, ਉਹ ਲੱਗੀ ਜਾਣਾ, ਉਹ ਵੀ ਕਰਨ ਲੱਗ ਗਈ। ਫਿਰ ਟੂਟੀਆਂ ਦਾ ਕੰਮ ਨਹੀਂ ਕਦੇ ਕੀਤਾ ਸੀਗਾ, ਉਹ ਵੀ ਫਾਰਮ 'ਚ ਮਾਲ ਕਹਿਣਾ ਵੀ ਉੱਥੇ ਟੂਟੀ ਖਰਾਬ ਹੋ ਗਈ, ਜਾ ਕਰਕੇ ਆ ਲੋਟ। ਠੀਕ ਹੈ। ਫਿਰ ਉਹ ਖੋਲ੍ਹ ਕੇ ਨਵੀਂ ਕਰ ਦੇਣੀ, ਜਿਹੜੀ ਖੋਲ੍ਹਣੀ ਉਹਨੂੰ ਦੇਖਣਾ ਸਪਰਿੰਗ ਠੀਕ ਆ ਉਹਦਾ, ਨਹੀਂ ਸਪਰਿੰਗ ਮਾਲ ਕਹਿਣਾ ਵੀ ਸਪਰਿੰਗ ਲਿਆ ਦੇ, ਉਹ ਸਪਰਿੰਗ ਪਾ ਕੇ ਫਿਰ ਉਹ ਵੀ ਚਲਾ ਦੇਣੀ। ਭਾਈ ਫਿਰ ਜਿਵੇਂ ਤੁਸੀਂ ਫਾਰਮ 'ਚ ਕੰਮ ਕਰਦੇ ਸੀਗੇ, ਮਾਲਕ ਦੀ ਭਾਸ਼ਾ ਹੋਰ ਸੀ, ਕੋਰੀਅਨ ਸੀਗੀ, ਤੁਹਾਡੀ ਵਾਲੀ ਪੰਜਾਬੀ ਸੀਗੀ, ਫਿਰ ਭਾਸ਼ਾ ਕਰਕੇ ਤੰਗੀ ਕਿੰਨੀ ਕੁ ਆਉਂਦੀ ਆ ਬੰਦੇ? ਭਾਸ਼ਾ ਕਰਕੇ ਤੰਗੀ ਤਾਂ ਬਹੁਤ ਆ ਜਾਂਦੀ ਆ, ਪਰ ਜਿਹੜੇ ਕੋਰੀਅਨ ਨੇ ਨਾ ਉਹ ਬੰਦੇ ਬਹੁਤ ਵਧੀਆ ਨੇ, ਜਿਵੇਂ ਆਪਾਂ ਕਹਿ ਦਈਏ ਉਹ ਬੰਦੇ ਨੂੰ ਇਸ਼ਾਰਿਆਂ ਦੇ ਵਿੱਚ ਹੀ ਸਮਝਾਉਂਦੇ ਨੇ ਚੁੱਪ ਕੀਤੇ, ਅਤੇ ਬੰਦਾ ਵੀ ਮੂਹਰਿਓਂ ਇਸ਼ਾਰਿਆਂ 'ਚ ਜੈਸ ਨੂੰ ਕਰ ਦਿੰਦਾ। ਜਾਣੀ ਜੀ ਕਈ ਤਾਂ ਬੰਦਿਆਂ ਨੂੰ ਜਿਹੜੇ ਮਾਲਕ ਨੇ ਉਹਨਾਂ ਨੂੰ ਅੰਗਰੇਜ਼ੀ ਆਉਂਦੀ ਆ ਮਾੜੀ ਮੋਟੀ, ਜੈਸ ਨੋ ਜਾਂ ਜਿਵੇਂ ਆਪਾਂ ਕਰ ਲੈਂਦੇ ਹਾਂ, ਅਤੇ ਉਹ ਕਰ ਲੈਂਦੇ ਨੇ ਵਿੱਚ ਇੰਗਲਿਸ਼ ਦੀ ਗੱਲ, ਪਰ ਨਹੀਂ ਉਹ ਬੋਲਦੇ ਥੋੜ੍ਹੀ ਜਿਹੀ ਕੋਰੀਅਨ ਭਾਸ਼ਾ ਹੀ ਆ। ਫਿਰ ਹੌਲੀ ਹੌਲੀ ਜਿੱਥੇ ਹੁਣ ਤੈਨੂੰ ਪਤਾ ਵੀ ਸਾਲ ਖੰਡ ਬੰਦੇ ਦਾ ਲੱਗ ਜਾਂਦਾ, ਉਹੀ ਆਪਾਂ ਰੋਜ਼ ਡੇਲੀ ਉਹੀ ਕੰਮ ਕਰਨਾ, ਉਹਦਾ ਨਾਂ ਬੋਲਣਾ, ਮਾਲਕ ਆ ਕੇ ਰੋਜ਼ ਉਹੀ ਉਹਨੇ ਕੰਮ ਕਹਿਣਾ ਵੀ ਆਹ ਕੰਮ ਕਰਤਾ, ਫਿਰ ਬੰਦੇ ਨੂੰ ਆਟੋਮੈਟਿਕਲੀ ਪਤਾ ਲੱਗਣ ਲੱਗ ਜਾਂਦਾ ਵੀ ਯਾਰ ਆਹ ਬੰਦਾ ਇਹਨੂੰ ਆਹ ਕਹਿੰਦੇ ਨੇ, ਇਹਨੂੰ ਆਹ ਕਹਿੰਦੇ ਨੇ, ਫਿਰ ਨਿੱਕੀ ਨਿੱਕੀ ਚੀਜ਼ ਤਾਂ ਹੌਲੀ 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 ਕਰਦੇ ਆਈ ਜਾਂਦੀ ਆ। ਜਾਣੀ ਬੋਲੀ ਇੰਨੀ ਔਖੀ ਵੀ ਨਹੀਂ ਆਪਾਂ ਜਿਵੇਂ ਕਹਿ ਦਈਏ, ਪਰ ਟਾਈਮ ਲੱਗਦਾ ਥੋੜ੍ਹਾ ਜਿਹਾ,
ਜਿਹੜਾ ਬੰਦਾ ਪੜ੍ਹਿਆ ਲਿਖਿਆ ਉਹਨੂੰ ਉਹ ਤਾਂ ਚਾਹੇ ਜਾਂਦਾ ਹੀ ਕੰਮ 'ਤੇ ਲੱਗ ਜਾਵੇ। ਉੱਥੇ ਉਹ ਐਪ ਜੀ ਬਣੀ ਹੁੰਦੀ ਹੈ ਇੱਕ, ਉਹ ਮਾਲਕ ਉਹ ਕੋਰੀਅਨ ਦੇ ਵਿੱਚ ਕਰਕੇ ਸੈਂਡ ਕਰ ਦਿੰਦੇ ਨੇ, ਉਹ ਟਰਾਂਸਲੇਟ ਪੰਜਾਬੀ 'ਚ ਇੰਗਲਿਸ਼ 'ਚ ਹੋ ਜਾਂਦੀ ਹੈ, ਬੰਦਾ ਜਿਹੜੇ ਨਾਲ ਹੀ ਪੜ੍ਹ ਕੇ ਐਂ ਕਰਕੇ ਉਹ ਗੱਲਾਂ ਕਰੀ ਜਾਂਦੇ ਨੇ ਕਈ ਬੰਦੇ ਤਾਂ, ਜਿਹੜੇ ਪੜ੍ਹੇ ਲਿਖੇ ਨੇ ਵਧੀਆ ਪੜ੍ਹੇ ਲਿਖੇ ਨੇ। ਹੁਣ ਨੋਰਮਲ ਵਾਲ ਕੇ ਆਉਂਦੇ ਜੀ, ਉਹ ਫਿਰ ਥੋੜ੍ਹਾ ਜਿਹਾ ਆਪਾਂ ਬੋਲ ਕੇ ਲਿਖ ਦਿੰਦੇ ਹਾਂ, ਉਹ ਬੰਦੇ ਨੂੰ ਮਾਲਕ ਨੂੰ ਦਿਖਾ ਦਿੰਦੇ, ਫਿਰ ਹੌਲੀ ਹੌਲੀ ਸਮਝ ਜਾਂਦਾ ਬੰਦਾ, ਕੋਈ ਇੰਨੀ ਔਖੀ ਨਹੀਂ। ਪਹਿਲਾਂ ਜੀ ਲੱਗ ਜਾਂਦੇ ਆ ਸਾਲ ਛੇ ਮਹੀਨੇ ਲੱਗੇ ਜਾਂਦੇ ਨੇ, ਜਿਹੜੀ ਕੰਮ ਦੀ ਬੋਲੀ ਆ ਜਿਹੜੀ ਬਾਹਲੀ ਆਪਾਂ ਹਾਈ ਫਾਈ ਬੋਲੀ ਕਹਿ ਦਈਏ, ਜਿਵੇਂ ਕਿਸੇ ਤੋਂ ਚੀਜ਼ ਚੂਜ਼ਾਂ ਗੁਰ ਆਪਣੇ ਕੋਰੀਅਨ ਨਾਲ ਗੱਲ ਕਰਨੀ ਆ, ਉਹ ਤਾਂ ਜਿਹੜੇ ਸਟੂਡੈਂਟ ਜਾਂਦੇ ਨੇ ਉਹਨਾਂ ਨੂੰ ਹੀ ਆਉਂਦੀ ਆ। ਅੱਛਾ, ਉਹ ਪੜ੍ਹਦੇ ਆ ਪੂਰੀ ਵਧੀਆ। ਅਤੇ ਕੋਰੀਆ ਦੀ ਬਈ ਜਿਵੇਂ ਤੁਸੀਂ ਦੱਸ ਰਹੇ ਵੀ ਡੌਂਕੀ ਡੌਂਕੀ ਵੀ ਲਾਉਂਦੇ ਰਹੇ ਨੇ ਲੋਕ। ਹਾਂ, ਪਹਿਲਾਂ ਲੱਗਦੀਆਂ ਸੀ ਡੌਂਕੀਆਂ, ਉੱਥੇ ਕੋਈ ਟਾਪੂ ਆ ਜੇਜੂ ਜੀ, ਜੇਜੂ ਪਤਾ ਨਹੀਂ ਜੇਜੂ ਕਹਿੰਦੇ ਨੇ, ਮੈਂ ਤਾਂ ਗਿਆ ਨਹੀਂ ਕਦੇ। ਪਹਿਲਾਂ ਬੰਦੇ ਉੱਧਰ 'ਚ ਹੀ ਆਉਂਦੇ ਹੁੰਦੇ ਸੀਗੇ, ਉੱਥੇ ਲਾ ਲਓ ਵੀ 6 ਮਹੀਨੇ ਲਾ ਕੇ ਕਾਰਡ ਬਣ ਜਾਂਦਾ ਸੀਗਾ। ਕਾਰਡ ਬਣਨ ਤੋਂ ਬਾਅਦ ਉਹ ਬੰਦੇ ਉੱਥੋਂ ਫਿਰ ਉੱਧਰ ਅੱਛਾ ਸਾਊਥ ਕੋਰੀਆ 'ਚ ਆ ਜਾਂਦੇ ਸੀਗੇ। ਸਾਊਥ ਕੋਰੀਆ ਦੇ ਵਿੱਚ ਫਿਰ ਉਹ ਕਾਰਡ ਜਿਹਾ ਬਦਲ ਜਾਂਦਾ ਸੀਗਾ, ਵਧੀਆ ਕੰਮ ਕਰੀ ਜਾਂਦੇ ਸੀ ਉਹ ਵੀ। ਬਈ ਇਹ ਤਾਂ ਤੁਸੀਂ ਫਾਰਮਲ ਚੱਲਦੇ, ਮੈਨੂੰ ਜਿਹੜੇ ਬੰਦੇ ਫੈਕਟਰੀ 'ਚ ਕੰਮ ਕਰਦੇ ਨੇ ਉੱਥੇ, ਫੈਕਟਰੀਆਂ ਵੱਖ ਵੱਖ ਤਰ੍ਹਾਂ ਦੀਆਂ ਹੋਣੀਆਂ ਚਲੋ, ਉਹਨਾਂ ਦੀਆਂ ਤਨਖਾਹਾਂ ਫਿਰ ਕਿੰਨੀਆਂ ਬਣਦੀਆਂ ਨੇ ਉਹਨਾਂ ਦੀਆਂ? ਉਹੀ ਤੁਹਾਨੂੰ ਦੱਸਦਾ ਵੀ 25 ਲੱਖ ਤਾਂ ਬੇਸਿੰਗ ਹੈਗੀ ਹੋਈ ਆ, 25 ਲੱਖ ਤੋਂ ਸਟਾਰਟ ਆ। ਇੰਡੀਆ ਦਾ ਕਿੰਨਾ, 1.5 ਲੱਖ ਤੋਂ ਉੱਤੇ ਬਣ ਜਾਂਦਾ? ਦੋ ਦੇ ਲਵੇ ਚਲੇ ਜਾਂਦਾ, ਠੀਕ ਹੈ। ਹੁਣ ਤੂੰ ਅੱਜ ਦਾ ਰੇਟ ਉੱਤੇ ਲੱਖ ਪਾਉਂਦਾ 6,000 ਰੁਪਇਆ ਮੈਨੂੰ ਲੱਗਦਾ ਇੰਡੀਆ ਦਾ 6,000, ਹੁਣ ਤੂੰ ਹਿਸਾਬ ਲਾ ਘੱਟਦਾ ਵੱਧਦਾ ਰਹਿੰਦਾ ਹੀ ਆ, ਠੀਕ ਹੈ। ਉਹ ਕਈ ਵਾਰ ਘੱਟ ਗਿਆ ਕਈ ਵਾਰ ਵੱਧ ਗਿਆ ਚੱਲੀ ਜਾਂਦਾ ਹੁੰਦਾ ਜੀ। ਇੰਨਾ ਕੁ ਮੈਨੂੰ ਲੱਗਦਾ ਵੀ 6,000 ਰੁਪਇਆ ਤਾਂ ਹੈਗਾ ਲੱਖ ਪਾਉਣ ਦਾ। ਅਤੇ ਫਿਰ ਆਪਣੇ ਪੰਜਾਬੀ ਕਿਹੜੇ ਕਿਹੜੇ ਕੰਮ ਕਰਦੇ ਨੇ? ਇਕੱਲਾ ਫਾਰਮਿੰਗ ਦਾ ਹੀ ਕਰਦੇ ਆ? ਨਹੀਂ, ਸਾਰੇ ਕੰਮ ਕਰੀ ਜਾਂਦੇ ਜਿਹੜੇ ਦਾ ਉੱਥੇ। ਹੁਣ ਜਿਵੇਂ ਸਟੂਡੈਂਟ ਜਾਂਦਾ ਸਾਊਥ ਕੋਰੀਆ, ਉਹ ਲਾ ਲਾ ਵੀ 6 ਮਹੀਨੇ ਸਾਲ ਪੜ੍ਹਦੇ ਨੇ ਉੱਥੇ, ਉਹਨਾਂ ਨੂੰ ਬੋਲੀ ਆ ਜਾਂਦੀ ਆ, ਉਹ ਫਿਰ ਵਧੀਆ ਕੰਮ ਲੱਭਦੇ ਨੇ, ਜਿਵੇਂ ਗੱਡੀ ਗੁੱਡਾ ਡਿਲੀਵਰੀ ਵਾਲੇ ਹੋ ਗਏ। ਅੱਛਾ, ਉਹ ਆਪਣਾ ਲਾਇਸੈਂਸ ਵੀ ਲੈ ਲੈਂਦੇ ਨੇ, ਅਤੇ ਉਹਨਾਂ ਨੇ ਬਸ ਕਾਰ ਦੇ ਵਿੱਚ ਵੀਜ਼ਾ ਪੀਜ਼ਾ ਵਗੈਰਾ ਜਾਂ ਖਾਣਾ ਖੁਣਾ ਦੇਣ ਜਾਣਾ। ਵਧੀਆ ਸੌਖਾ ਕੰਮ ਬਹੁਤ ਨੇ ਜਿਹੜੇ ਉੱਥੇ ਸਟੂਡੈਂਟ ਨੇ, ਉਹਨਾਂ ਨੂੰ ਮੈਨੂੰ ਲੱਗਦਾ ਏਅਰਪੋਰਟ 'ਤੇ ਵੀ ਕੰਮ ਮਿਲਦਾ ਉਹਨਾਂ ਨੂੰ ਕੁਛ ਘੰਟਿਆਂ ਲਈ ਮਿਲਦਾ ਹੁੰਦਾ, ਅਤੇ ਹੋਰ ਵੀ ਕੰਮ ਬਹੁਤ ਨੇ ਸਟੂਡੈਂਟ ਲਈ ਤਾਂ ਬੜਾ ਵਧੀਆ। ਉਹ ਬੋਲੀ ਬਾਲੀ ਬਹੁਤ ਛੇਤੀ ਪੜ੍ਹਦੇ ਨੇ ਉਹ ਮੁੰਡੇ, ਮਤਲਬ ਜਿਹੜਾ ਬੰਦਾ ਉੱਥੇ ਬੋਲੀ ਸਿੱਖ ਜਾਂਦਾ ਉਹਨੂੰ ਉਹਨੂੰ ਤਾਂ ਉਹਦੇ ਵਰਗਾ ਤਾਂ ਕੋਈ ਰੀਸ ਨਹੀਂ ਹੈਗੀ, ਉਹਦੇ ਲਈ ਉਹ ਬੈਸਟ ਹੈ ਕੰਟਰੀ, ਬੈਸਟ ਆ। ਬਾਕੀ ਜਿਹੜਾ ਥੋੜ੍ਹਾ ਜਿਹਾ ਘੱਟ ਪੜ੍ਹਿਆ ਉਹ ਚੁੱਪ ਕਰਕੇ ਆਰਾਮ ਨਾਲ ਫਾਰਮ 'ਚ ਲੱਗੇ, ਜਾਂ ਜੀ ਔਖਾ ਕਿੰਨਾ ਕੁ 6 ਮਹੀਨੇ ਨਾਲ ਵੀ ਮਹੀਨਾ ਕੁ ਔਖਾ ਰਹਿੰਦਾ ਬੰਦਾ, ਫਾਰਮ ਵਾਲਾ ਬੰਦਾ ਵੀ 6 ਮਹੀਨੇ 'ਚ ਸਿੱਖ ਜਾਂਦਾ ਮਹੀਨਾ ਕੁ। ਜਿੱਦਾਂ ਮੈਂ ਨਾਲ ਵੀ 6 ਮਹੀਨੇ ਮੈਂ ਆੜੀ ਨਾਲ ਰਿਹਾ ਉੱਥੇ, ਮਾਊ ਮੁੰਡਾ ਫਲਾਉਣ ਵਾਲਾ ਸੀ, ਠੀਕ ਹੈ, ਦੱਸਿਆ ਸੀਗਾ ਉਹਦੇ ਕੋਲ 6 ਮਹੀਨੇ ਰਿਹਾ, ਚੱਲ ਮਾੜੀ ਮੋਟੀ ਬੋਲੀ ਉਹਨੇ ਵੀ ਸਿਖਾਈ ਵੀ ਇਹਨੂੰ ਐਂ ਆ ਪਾਣੀ ਨੂੰ ਆਹ ਕਹਿੰਦੇ ਨੇ, ਜੇ ਤੈਨੂੰ ਕੋਈ ਹਾਕ ਮਾਰਦਾ ਉਹਨੂੰ ਆਹ ਕਹਿੰਦੇ ਨੇ, ਜਾਣ ਨੂੰ ਆਹ ਕਹਿੰਦੇ ਨੇ, ਰੈਸਟ ਕਰਨ ਨੂੰ ਆਹ ਕਹਿੰਦੇ ਨੇ। ਬੇਸਿਕਲੀ ਜਿਹੜੀਆਂ ਆਪਾਂ ਗੱਲਾਂ ਜਿਹੀਆਂ ਫਾਰਮਾਂ 'ਚ ਹੁੰਦੀਆਂ ਨੇ, ਉਹਦੇ ਨਾਲ ਮੈਨੂੰ ਫਾਇਦਾ ਬਹੁਤ ਹੋਇਆ, ਉਹਦੇ ਨਾਲ ਜਿੰਨੀ ਕੁ ਮਾਊ ਨੇ ਸਿਖਾਈ ਸੀ। ਜਿਵੇਂ ਹੁਣ ਤਾਂ ਕਨੇਡਾ ਤਾਂ ਆਪਣੇ ਪੰਜਾਬੀ ਜ਼ਿਆਦਾ ਹੈਗੇ ਨੇ, ਉੱਥੇ ਤਾਂ ਜਿਵੇਂ ਆਪਾਂ ਕੁਝ ਜਾਂਦਾ ਔਖਾ ਨਹੀਂ ਲੱਗਦਾ, ਖਾਣਾ ਪੀਣਾ ਬੰਦੇ ਨੂੰ ਸਭ ਮਿਲਦਾ। ਜੋ ਕੋਰੀਆ 'ਚ ਫਿਰ ਖਾਣ ਪੀਣ ਜਿਵੇਂ ਆਪਣੇ ਆਪਣੇ ਪੰਜਾਬੀਆਂ ਦੇ ਖਾਣੇ ਹੋਰ ਹੁੰਦੇ ਨੇ, ਰੋਟੀ ਰੂਟੀ ਆਪਾਂ ਜ਼ਿਆਦਾ ਖਾਂਦੇ ਹਾਂ, ਖਾਣੇ ਖੂਣੇ ਦੀ ਕੋਈ ਦਿੱਕਤ ਕੋਈ ਚੀਜ਼ ਮਿਲਦੀ ਨਾ ਹੋਵੇ? ਨਹੀਂ ਨਹੀਂ ਮਿਲਦਾ, ਸਾਰਾ ਕੁਛ ਮਿਲਦਾ ਵੀ ਨਾਲ ਜਿੱਥੇ ਤੁਸੀਂ ਬੈਠੇ ਹੋ ਬੰਦਾ ਤੁਹਾਨੂੰ ਉੱਥੇ ਫੜਾ ਕੇ ਜਾਂਦਾ ਸਾਰਾ ਕੁਛ, ਜਾਣੀ ਉਹਦਾ ਗੇੜਾ ਰੱਖਿਆ ਹੁੰਦਾ ਮਹੀਨੇ 'ਚ ਇੱਕ ਦਿਨ, ਆਪਣਾ ਇੰਡੀਆ ਦਾ ਸਾਰਾ ਸਮਾਨ ਹੁੰਦਾ ਉਹਦੇ ਕੋਲ ਜੀ, ਉਹ ਫਿਰ ਮਹੀਨੇ ਦਾ ਇਕੱਠਾ ਲੈ ਲਈਦਾ। ਜਿਹੜਾ ਬੰਦਾ ਇੱਕ ਮਹੀਨਾ 2 ਮਹੀਨੇ ਰਹਿ ਕੇ ਦੇਖ ਲੈਂਦਾ ਵੀ ਮੈਨੂੰ ਆਟਾ ਇੰਨਾ ਕੁ ਲੱਗਦਾ, ਦਾਲਾਂ ਸਬਜ਼ੀਆਂ ਸਾਰਾ ਕੁਛ, ਫਿਰ ਇੱਕੋ ਵਾਰੀ 'ਚ ਲੈ ਲੈਂਦਾ ਹੁੰਦਾ,
ਫਿਰ ਉਹ ਮਹੀਨਾ ਚੱਲਦਾ ਪੂਰਾ ਫੁੱਲ। ਠੀਕ ਹੈ ਅਤੇ ਕੋ ਬਾਈ ਜੀ ਦੱਸੋ, ਜਿਵੇਂ ਕਹਿੰਦੇ ਜਦੋਂ ਬੰਦਾ ਫੈਕਟਰੀ 'ਚ ਨਾ ਖਾਣਾ ਪੀਣਾ ਉਹ ਕੋਰੀ ਨਹੀਂ ਹੁੰਦਾ, ਉਹਨਾਂ ਦਾ ਖਾਣਾ ਕੋਰੀ ਨਹੀਂ ਆ। ਅੱਛਾ, ਉਹ ਜੇ ਬੰਦਾ ਫੈਕਟਰੀ 'ਚ ਕੰਮ ਕਰ ਰਿਹਾ ਹਾਂਜੀ, ਉਹਨੂੰ ਕੀ ਫ੍ਰੀ ਮਿਲਦਾ? ਕੀ ਇੱਕ ਤਾਂ ਉਹਨੂੰ ਕਮਰਾ ਫ੍ਰੀ ਮਿਲਦਾ, ਇੱਕ ਰੋਟੀ, ਦੋ ਟਾਈਮ ਦੀ ਰੋਟੀ, ਰੋਟੀ ਕੋਰੀ ਨਾਲ ਹੀ ਹੋਊ। ਹਾਂ, ਉਹ ਕੋਰੀ ਨਹੀਂ, ਮੀਟ ਮੂਟ ਹੁੰਦਾ ਵਧੀਆ, ਸਾਰਾ ਕੁਛ ਵਧੀਆ। ਜਿਹੜੇ ਮਾਲਕ ਆਪ ਖਾਂਦੇ ਨੇ ਇੱਕੋ ਟੇਬਲ 'ਤੇ ਰੱਖ ਕੇ ਮੰਗਾ ਲੈਂਦੇ ਨੇ ਰੋਟੀ, ਇੱਕੋ ਟੇਬਲ 'ਤੇ ਉਹੀ ਮੁਲਾਜ਼ਮਾਂ ਨੇ, ਉਹੀ ਮੁਲਾਜ਼ਮਾਂ ਨੇ। ਉਹ ਬਸ ਦੋ ਟਾਈਮ ਹੀ ਰੋਟੀ ਖਾਂਦੇ ਨੇ, ਇੱਕ ਦੁਪਹਿਰੇ ਅਤੇ ਇੱਕ ਸ਼ਾਮ ਨੂੰ ਰੋਟੀ ਮੰਗਾਉਣੀ ਉਹਨਾਂ ਨੇ। ਠੀਕ ਹੈ, ਦੋ ਟਾਈਮ ਦੀ ਰੋਟੀ ਉਹਨਾਂ ਦੀ, ਕਮਰਾ ਫੈਕਟਰੀ ਵਾਲਿਆਂ ਨੂੰ, ਫੈਕਟਰੀ ਵਾਲਿਆਂ ਦਾ। ਅਤੇ ਜਿਹੜਾ ਬਾਈ ਉਹ 'ਚ ਆਪਣਾ ਫਾਰਮ 'ਤੇ ਕੰਮ ਕਰ ਰਿਹਾ ਬੰਦਾ, ਜਿਵੇਂ ਤੁਸੀਂ ਮਹੀਨੇ ਬਾਅਦ ਬੰਦਾ ਆਉਂਦਾ ਤੁਹਾਨੂੰ ਰਾਸ਼ਨ ਦੇ ਜਾਂਦਾ, ਉਹ ਫਾਰਮ ਵਾਲਾ ਬੰਦੇ ਦਿੰਦੇ ਨੇ ਜਾਂ ਥੋੜ੍ਹਾ ਤਨਖਾਹ 'ਚੋਂ ਲਾਉਂਦੇ ਹੋ ਤੁਸੀਂ? ਉਹ ਜੇ ਤਾਂ ਉਹੀ ਤਨਖਾਹ ਵਧਾਉਂਦੇ ਨੇ ਜੇ ਤੁਸੀਂ ਆਪ ਲੈਂਦੇ ਹੋ, ਨਹੀਂ ਫਿਰ ਕਈ ਮਾਲਕ ਵਧੀਆ ਚੰਗੇ ਹੁੰਦੇ ਨੇ, ਉਹ ਕਹਿੰਦੇ ਨੇ ਤੁਸੀਂ ਲੈ ਲਓ ਸਮਾਨ ਕੋਈ ਨਾ, ਬਈ ਉਹ ਪੈਸੇ ਮੈਂ ਪੇ ਕਰ ਦੂੰਗਾ। ਪਰ ਜਦ ਆਪਾਂ ਨੂੰ ਪਤਾ ਵੀ ਆਪਾਂ ਨੂੰ ਇੰਨੇ ਕੁ ਹੁੰਦਾ, ਫਿਰ ਉਹ ਮਾਲਕ ਨੂੰ ਪਹਿਲਾਂ ਹੀ ਵੱਧ ਕਹਿ ਜਾਂਦਾ ਬੰਦਾ ਵੀ ਇੰਨੀ ਤਨਖਾਹ ਲਊਗੀ ਭਾਈ, ਰੋਟੀ ਪਾਣੀ ਮੇਰਾ ਆਪਦਾ। ਫਿਰ ਉਹ ਮਾਲਕ ਨੂੰ ਜਾਂਦਾ ਵੀ ਚੱਲ ਠੀਕ ਆ, ਵਧੀਆ ਰੋਟੀ ਪਾਣੀ ਤਾਂ ਆਪਦਾ ਹੀ ਹੁੰਦਾ। ਅਤੇ ਭਾਈ ਉੱਥੇ ਪੰਜਾਬੀ ਕਿੰਨੇ ਕੁ ਰਹਿੰਦੇ ਨੇ ਹੁਣ ਕੋਰੀਆ? ਜਿਵੇਂ ਆਪਣੇ ਤਾਂ ਜ਼ਿਆਦਾ ਕਨੇਡਾ ਦਾ, ਅਮਰੀਕਾ ਦਾ, ਇੱਧਰ ਨੂੰ ਜ਼ਿਆਦਾ ਖਿੱਚਦੇ ਨੇ ਵੱਡੀਆਂ ਕੰਟਰੀਆਂ ਲੋਕ, ਕੋਰੀਆ 'ਚ ਪੰਜਾਬੀਆਂ ਦੀ ਗਿਣਤੀ ਕਿੰਨੀ ਕੁ ਹੈ? ਗਿਣਤੀ ਮੈਨੂੰ ਪੱਕਾ ਤਾਂ ਪਤਾ ਨਹੀਂ ਜੀ, ਹੈਗੇ ਆ ਬਹੁਤ ਜਣ ਜੀ, ਜਿਵੇਂ ਕਹਿ ਦਈਏ ਬਹੁਤ, ਜਿਵੇਂ ਗੁਰਦੁਆਰਾ ਸਾਹਿਬ ਜਾਂਦੇ ਨੇ ਉੱਥੇ ਇਕੱਠ ਦੇਖਣ ਨੂੰ ਮਿਲਦਾ, ਉਹ ਸੇਮ ਹੀ ਆ ਬਹੁਤ ਦੁਨੀਆ ਆਪਣੀ ਪੰਜਾਬੀ। ਪੰਜਾਬ ਹੋ ਗਿਆ, ਹਰਿਆਣਾ ਹੋ ਗਿਆ, ਇੱਧਰਲੇ ਜਣ ਜੀ ਆਹ ਜਣ ਜੀ ਵੱਧ ਆਪਣੇ ਮਿਲਣ, ਮੇਰੇ ਖਿਆਲ ਦੇ ਵਿੱਚ ਪੰਜਾਬ ਹਰਿਆਣਾ ਇਹ ਵੱਧ ਨੇ, ਜਾਂ ਮੈਂ ਮਿਲਿਆ ਹੀ ਉਹ ਬੰਦਿਆਂ ਨੂੰ ਬਾਹਲਾ। ਤੇ ਜਿਵੇਂ ਉੱਥੇ ਆਪਾਂ ਦੇਖਦੇ ਵੀ ਨਗਰ ਕੀਰਤਨ ਵਗੈਰਾ ਕੱਢਦੇ ਨੇ, ਉੱਥੇ ਵੀ ਇਹ ਆਪਣੇ ਵਾਲੇ ਪੰਜਾਬੀ ਕਮਿਊਨਿਟੀ ਕਰਦੀ ਹੈ? ਕਰਦੀ ਹੈ ਜੀ, ਨਗਰ ਕੀਰਤਨ ਸਾਰੇ ਪ੍ਰੋਗਰਾਮ ਹੁੰਦੇ ਨੇ ਉੱਥੇ, ਜਿਵੇਂ ਦੀਵਾਲੀ ਮਨਾਉਂਦੇ ਆ ਗੁਰਦੁਆਰਾ ਸਾਹਿਬ 'ਚ ਮਨਾਉਂਦੇ ਆ, ਇੱਕ ਜਗ੍ਹਾ ਦਿੱਤੀ ਹੋਈ ਆ, ਉੱਥੇ ਬੰਬ ਪੜਾਕੇ ਵੀ ਮਚਾ ਲੈਂਦੇ ਨੇ ਬੰਦੇ। ਅੱਛਾ, ਅਤੇ ਬਈ ਜਿਵੇਂ ਆਪਾਂ ਦੇਖਦੇ ਹਾਂ ਵੀ ਬਾਹਰਲੀ ਕੰਟਰੀਆਂ 'ਚ ਆਪਣੇ ਮੁੰਡੇ ਅਕਸਰ ਕਹਿੰਦੇ ਵੀ ਸਾਡੇ ਅਸੀਂ ਕਿਤੇ ਕੰਮ 'ਤੇ ਲੱਗੇ ਤੇ ਤੁਹਾਡੀ ਤਨਖਾਹ ਮਾਰ ਲਈ ਕਿਸੇ ਨੇ, ਨਹੀਂ ਕਰ ਲਈ, ਉੱਥੇ ਲੋਕ ਕਿਹੋ ਜਿਹੇ ਨੇ? ਕੋਰੀਅਨ ਕੋਰੀਅਨ ਤਾਂ ਇੰਨੇ ਜੇ ਤੇਰੇ ਘੰਟੇ ਵੀ ਲੱਗੇ ਨਾ, ਤੇਰੇ 2 ਘੰਟੇ ਲੱਗੇ ਨੇ, ਤੈਨੂੰ ਪੈਸੇ ਦੇ ਕੇ ਤੋਰਨਗੇ। ਤੁਹਾਡੀ ਦਿਹਾੜੀ ਲੱਗੀ ਆ, 2 ਦਿਹਾੜੀ ਲੱਗੀ ਆ, ਹਫ਼ਤਾ ਲੱਗਿਆ, ਠੀਕ ਆ, ਉਹ ਤੈਨੂੰ ਪੈਸੇ ਦੇ ਕੇ ਤੋਰਨਗੇ ਜੇ ਤੁਸੀਂ ਉਹਨਾਂ ਨੂੰ ਦੱਸੋਗੇ ਵੀ ਭਾਈ ਸਾਨੂੰ ਕੰਮ ਇਹ ਪਸੰਦ ਨਹੀਂ ਹੈਗਾ। ਉਹਨਾਂ ਨੇ ਕਹਿਣਾ ਕੋਈ ਗੱਲ ਨਹੀਂ, ਪੈਸੇ ਚੱਕ ਚਾਹ ਦਾ। ਕਈ ਬੰਦੇ ਆਪਣੇ ਇਹੋ ਜਿਹੇ ਨੇ ਵੀ ਤਨਖਾਹਾਂ ਫੜ ਕੇ ਵੀ ਚੱਲ ਕੋਈ ਨਾ ਮਹੀਨਾ ਲਾਉਂਦੇ ਇੱਥੇ, ਜਿੱਦਾਂ ਤਨਖਾਹ ਫੜਦੇ ਨੇ, ਆਪਣੇ ਇੰਡੀਅਨ ਦੀ ਗੱਲ ਕਰਦਾ ਮੈਂ, ਉਹਨਾਂ ਨੇ ਤਨਖਾਹ ਫੜਨੀ, ਰਾਤ ਨੂੰ ਟੈਕਸੀ ਮੰਗਾਉਣੀ, ਆਪਦਾ ਸਮਾਨ ਚੱਕਣਾ, ਭੱਜ ਜਾਣਾ। ਉਹ ਇੰਡੀਅਨ ਧੋਖਾ ਕਰਦੇ ਨੇ, ਹਾਂ ਆਪਣੇ ਬੰਦੇ ਥੋੜ੍ਹਾ ਜਿਹਾ ਕਰਦੇ ਨੇ, ਇੱਕ ਦੋ ਬੰਦੇ ਮੈਂ ਪਰਸਨਲੀ ਬੰਦਿਆਂ ਨੂੰ ਜਾਣਦਾ, ਉਹ ਬੰਦੇ ਇੱਕ ਕਰਦੇ ਸੀਗੇ, ਬਾਕੀਆਂ ਦਾ ਮੈਨੂੰ ਪਤਾ ਨਹੀਂ। ਮੇਰੇ ਮਿੱਤਰ ਸੀਗੇ ਦੋ, ਉਹ ਮੈਨੂੰ ਵੀ ਕਹਿੰਦੇ ਕਹਿੰਦੇ ਤਨਖਾਹ ਘੱਟ ਆ, ਚੱਕ ਬੋਰੀ ਬਿਹਤਰ ਆ ਜਾ, ਵੀ ਨਹੀਂ ਮੈਂ ਨਹੀਂ, ਮੈਂ ਜਿੱਥੇ ਲੱਗਿਆ ਮੈਂ ਪੱਕਾ ਹੀ ਲੱਗਿਆ ਰਿਹਾ। ਜਿਵੇਂ ਉੱਥੇ ਉਹ ਫਾਰਮਾਂ 'ਚ ਕੰਮ ਕਰਾਉਂਦੇ ਨੇ, ਮਤਲਬ ਵੀ ਬੰਦੇ ਨਾਲ ਕਿਹੋ ਜਿਹਾ ਵਿਵਹਾਰ ਕਰਦੇ ਨੇ ਉਹ ਜਿਹੜੇ ਮਾਲਕ ਹੁੰਦਾ? ਬਹੁਤ ਵਧੀਆ ਕਰਦੇ ਨੇ, ਜਿਵੇਂ ਲੱਗਦਾ ਵੀ ਆਪਾਂ ਘੰਟਾ 2 ਘੰਟਾ ਵੱਧ ਵੀ ਕੰਮ ਕਰ ਲਿਆ, ਉਹ ਜਾਂ ਉਹਨਾਂ ਨੇ ਫਿਰ ਰਾਤ ਨੂੰ ਖਾਣ ਨੂੰ ਲਿਆ ਕੇ ਦੇਣਾ। ਜੇ ਆਪਾਂ ਫਾਰਮ ਤੋਂ ਬਾਹਰ ਕਿਤੇ ਕੰਮ ਕੀਤਾ ਫਿਰ ਉਹਨਾਂ ਨੇ ਐਕਸਟਰਾ ਪੈਸੇ ਦੇਣੇ, ਜਦੀ ਰਾਈਟ ਬਈ ਤਨਖਾਹ ਵਾਲੀ ਨਹੀਂ ਤਨਖਾਹ ਆਪਣੀ ਚੱਲਦੀ ਆ ਉਕਣੀ। ਜੇ ਆਪਾਂ ਦਿਹਾੜੀ ਖਾਣ ਜਾਂ ਘੰਟਾ ਘੜੀ ਆਪਾਂ ਕੰਮ ਕਰਾਤਾ ਉਹਨਾਂ ਨੂੰ ਬਾਹਰ ਵੀ, ਕੋਈ ਹੁੰਦੇ ਹੀ ਨੇ ਫਾਰਮਾਂ ਦੇ ਕੰਮ, ਫਿਰ ਉਹ ਨਾਲ ਦੀ ਨਾਲ ਪੈਸੇ ਦਿੰਦੇ ਆ ਵਿਆਹ ਚੱਕੋ। ਅਤੇ ਬਈ ਜਿਵੇਂ ਆਪਾਂ ਬਾਕੀ ਮੁਲਕਾਂ 'ਚ ਵੀ ਦੇਖਦੇ ਹਾਂ ਵੀ ਕ੍ਰਾਈਮ ਕਰੂਈਮ, ਨਸ਼ਾ ਨੁਸ਼ਾ, ਆਹ ਚੀਜ਼ਾਂ ਕਿਵੇਂ ਨੇ ਉੱਥੇ? ਜ਼ੁਲਮ ਜ਼ਾਲਮ ਕਿੰਨਾ ਕਾ? ਜਮਾ ਹੀ ਨਹੀਂ, ਨਸ਼ਾ ਤਾਂ ਜਮਾ ਹੀ ਨਹੀਂ, ਦਾਰੂ ਆ ਜਾਂ ਹੋਰ ਮਾੜਾ ਮੋਟਾ, ਜਿਵੇਂ ਸਿਗਰਟ ਵਗੈਰਾ ਬੰਦੇ ਉੱਥੇ ਕੋਰੀਅਨ ਬਹੁਤ ਪੀਂਦੇ ਨੇ, ਬਸ ਇਹ 2 ਚੀਜ਼ਾਂ ਹੈਗੀਆਂ ਨੇ ਉੱਥੇ।
ਹੋਰ ਨਾ ਤਾਂ ਕ੍ਰਾਈਮ ਆ ਉੱਥੇ ਕੋਈ ਨਹੀਂ ਲੜਦਾ ਅਤੇ ਨਾ ਨਸ਼ਾ ਕੋਈ ਉੱਥੇ ਨਸ਼ਾ ਤਾਂ ਬਿਲਕੁਲ ਹੀ ਨਹੀਂ ਹੈਗਾ ਉੱਥੇ ਆਪਣੇ ਵਾਂਗੂ ਐਂ ਨਹੀਂ ਵੀ ਕੋਈ ਬਚ ਜੂ ਬੰਦਾ ਜੇ ਕ੍ਰਾਈਮ ਕਰਦਾ ਨਾ 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 ਇੱਕ ਥਾਈਲੈਂਡ ਦਾ ਬੰਦਾ ਸੀਗਾ ਸਾਡੇ ਫਾਰਮ ਕੋਲ ਹੀ ਸੀਗਾ ਫੈਕਟਰੀ 'ਚ ਉੱਥੇ ਮੁੰਡਾ ਚੱਕਰ ਵਾਲਾ ਵੀਰੀ ਕਬੱਡੀ ਖੇਡਦਾ ਸੀਗਾ ਠੀਕ ਹੈ ਉਹ ਲੱਗਣ ਦਾ ਜੀ ਉੱਥੇ ਫੈਕਟਰੀ 'ਚ ਠੀਕ ਹੈ ਅਤੇ ਉਹਦੇ ਨਾਲ ਦਾ ਸੀਗਾ ਮੁੰਡਾ ਥਾਈਲੈਂਡ ਤੋਂ ਉਹਨੇ ਕਿਤੇ ਪਾਰਸਲ ਮੰਗਾ ਲਿਆ ਉਹਨੇ ਕੋਈ ਥਾਈਲੈਂਡ ਦੇ ਬੰਦੇ ਨੇ ਠੀਕ ਹੈ ਅਤੇ ਉਹ ਕਿਤੇ ਕੁੱਤੇ ਕਾਤੇ ਨੇ ਸੁੰਘ ਲਿਆ ਉਹਨੇ ਅਤੇ ਉਹ ਆ ਗਏ ਇੱਥੇ ਉਹਦੇ ਕੋਲ ਉਹਨੂੰ ਕਹਿੰਦੇ ਵੀ ਦੱਸ ਆ ਕੀ ਆ ਏਅਰਪੋਰਟ 'ਤੇ ਨਾ 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 ਫੈਕਟਰੀ 'ਚ ਆ ਗਏ ਪਾਰਸਲ ਆਇਆ ਨਾ ਠੀਕ ਹੈ ਠੀਕ ਹੈ ਠੀਕ ਹੈ ਪੁਲਿਸ ਵਾਲੇ ਫੈਕਟਰੀ ਉਹਦੇ ਐਡਰੈਸ 'ਤੇ ਆ ਗਏ ਐਡਰੈਸ 'ਤੇ ਆ ਗਏ ਉਹਨੂੰ ਕਹਿੰਦੇ ਵੀ ਦੱਸ ਕੀ ਆ ਇਹ ਕਹਿੰਦਾ ਵੀ ਮੇਰੀ ਦਵਾਈ ਆ ਇਹ ਕਰਕੇ ਕਹਿੰਦੇ ਵੀ ਨਹੀਂ ਇਹਦੇ ਵਿੱਚ ਤਾਂ ਆਹ ਨਸ਼ੇ ਵਾਲੀ ਚੀਜ਼ ਆ ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਹੈਗਾ ਉਹਨੂੰ ਟਾਈਮ ਦੇ ਤਾ ਫਿਰ ਅੱਛਾ ਉਹਦੇ ਨਾਲ 'ਚ ਅਗਲੇ ਚਾਰ ਪੰਜ ਸਾਲ ਤਿੰਨ ਕੁ ਸਾਲ ਦੋ ਕੁ ਸਾਲ ਰਹਿੰਦੇ ਸੀਗੇ ਉਹਦੇ ਕਾਰਡ ਦੇ ਉਹਦੇ ਕਾਰਡ ਦੇ ਨਹੀਂ ਉਹਨਾਂ ਨੂੰ ਵੱਧ ਵੀਜ਼ਾ ਮਿਲ ਜਾਂਦਾ ਉਹਨਾਂ ਨੂੰ ਦਸ ਸਾਲ ਦਾ ਵਰਕ ਪਰਮਿਟ ਮਿਲ ਜਾਂਦਾ ਠੀਕ ਹੈ ਉਹਦੇ ਤਾਂ ਲਾ ਲਾ ਵੀ ਉਹਨੂੰ ਕਹਿੰਦੇ ਵੀ ਤੇਰੇ 'ਚ ਇੰਨੇ ਸਾਲ ਰਹਿੰਦੇ ਨੇ ਵੀ ਤੂੰ ਚੁੱਪ ਕਰਕੇ ਆਪਦਾ ਇੱਥੋਂ ਟਿਕਟ ਕਰਾ ਚਲੇ ਜਾ ਆਪਦਾ ਉੱਥੇ ਵੀ ਨਹੀਂ ਤੈਨੂੰ ਜੇਲ੍ਹ 'ਚ ਕਰਾਂਗੇ ਅਸੀਂ ਫਿਰ ਉਹਨੂੰ ਫੈਕਟਰੀ ਵਾਲਿਆਂ ਨੇ ਵੀ ਕਹਿ ਤਾ ਜਦੀ ਜਾਣੀ ਜਦੋਂ ਕਾਫੀ ਵਿਚਾਰੇ ਦੇ ਦਸ ਸਾਲ ਦੀ ਬੋਨਸ ਲੱਗਣਾ ਸੀ ਕਿੱਥੇ ਤਾਂ ਕਿੱਥੇ ਉਹਨੂੰ ਘੱਟ ਦਿੱਤੇ ਪੈਸੇ ਅੱਛਾ ਉਹ ਜਾਣਾ ਪਿਆ ਉਹਨੂੰ ਮੁੜੇ ਨਾ ਪਿਆ ਨਾਲੇ ਵਰਕ ਵੀਜ਼ੇ 'ਤੇ ਸੀਗਾ ਬੰਦਾ ਇੰਨੀ ਸਖਤਾਈ ਆ ਉੱਥੇ ਜੇ ਉਹ ਕਹਿੰਦਾ ਵੀ ਇਹ ਮੇਰੀ ਦਵਾਈ ਆ ਉਹ ਮੰਨੇ ਨਹੀਂ ਹੈਗੇ ਵੀ ਇਹਦੇ ਵਿੱਚ ਕੋਈ ਡਰੱਗ ਆ ਵੀ ਜਿਹੜੀ ਤੈਂ ਮੰਗਾਈ ਆ ਠੀਕ ਹੈ ਬਸ ਉਹਦੇ ਕਰਕੇ ਉਹਨੂੰ ਨਾਲ ਦੀ ਨਾਲ ਹੀ ਕਹਿੰਦੇ ਜਾ ਠੀਕ ਹੈ ਬਈ ਜਿਹੜਾ ਇਹ ਵਰਕ ਪਰਮਿਟ ਹੁੰਦਾ ਜਿਵੇਂ ਹੁਣ ਤੁਸੀਂ ਦੱਸਿਆ ਵੀ ਥਾਈਲੈਂਡ ਵੱਲ ਨੂੰ ਮਿਲ ਜਾਂਦਾ ਇੱਥੋਂ ਜਿਵੇਂ ਅਪਲਾਈ ਵਗੈਰਾ ਵਰਕ ਪਰਮਿਟ ਹੁੰਦੇ ਨੇ ਉਹਦੇ ਆਪਣੇ ਕੋਰੀਆ ਦੇ ਨਹੀਂ ਆਪਣੇ ਵਰਕ ਪਰਮਿਟ ਉਰੋਂ ਵੀ ਨਹੀਂ ਹੁੰਦੇ ਉੱਥੇ ਵੀ ਨਹੀਂ ਮਿਲਦਾ ਹੈਗਾ ਆਪਾਂ ਨੂੰ ਆਪਾਂ ਤਾਂ ਬਸ ਇਹ ਰਿਫਿਊਜੀ ਕਾਰਡ ਫਾਈਲ ਲਾ ਸਕਦੇ ਉੱਥੇ ਜਾ ਕੇ ਕਿੰਨਾ ਚਿਰ ਵੱਧ ਤੋਂ ਵੱਧ ਰਹਿ ਸਕਦੇ ਹੋ ਉਹਦੇ ਮੁਤਾਬਕ ਰਿਫਿਊਜੀ ਕੇਸ ਲਾ ਕੇ ਤੁਸੀਂ ਉਹ ਤਾਂ ਤੂੰ ਜਿੰਨਾ ਚਿਰ ਮਰਜ਼ੀ ਰਹੀ ਚੱਲ ਉਹਦਾ ਕੋਈ ਜੇ ਕੋਈ ਆਉਣਾ ਜਾਣਾ ਤੁਸੀਂ ਉਹ 5 ਸਾਲ ਹੀ ਹੁੰਦਾ ਅੱਛਾ ਉਹ ਕਾਰਡ ਜਿੰਨਾ ਚਿਰ ਆਪਣਾ ਕਾਰਡ ਬਣਿਆ ਰਹਿੰਦਾ ਉਹਦੇ ਵਿੱਚ ਕਈ ਬੰਦੇ ਦੋ ਦੋ ਤਿੰਨ ਤਿੰਨ ਗੇੜੇ ਲਾ ਜਾਂਦੇ ਨੇ ਅਤੇ ਕਈ ਬੰਦਾ ਇੱਕ ਗੇੜਾ ਲਾ ਕੇ ਕਹਿੰਦਾ ਵੀ ਚੱਲ ਬਹੁਤ ਆ ਵੀ 5 ਸਾਲ ਬਾਅਦ ਇੱਕ ਗੇੜਾ ਲਾ ਗਿਆ ਬੰਦਾ ਫਿਰ ਹੋਰ 5 ਸਾਲ ਹੋਰ ਲਾ ਕੇ ਫਿਰ ਮੁੜ ਜਾਂਦਾ ਅਗਲਾ ਉਹ ਕਾਰਡ ਚਾਹੇ ਜ਼ਿੰਦਗੀ ਭਰ ਉੱਥੇ ਰਹੀ ਜਾਓ ਉਹਨੂੰ ਰੀਨਿਊ ਕਰਾਈ ਜਾਓ ਕਿਉਂ ਉਹਦੀ ਵੀ ਲਿਮਿਟ ਹੁੰਦੀ ਵੀ 2 ਵਾਰੀ ਰੀਨਿਊ ਹੋਊਗਾ ਜਾਂ 3 ਕੁ ਵਾਰੀ ਹੋਊਗਾ ਨਹੀਂ ਨਹੀਂ ਜਿਹੜਾ ਪੇਪਰ ਵੀਜ਼ਾ ਮਿਲ ਜਾਂਦਾ ਫਿਰ ਪੇਪਰ ਵੀਜ਼ਾ ਕਹਿੰਦੇ ਨੇ ਕਾਰਡ ਤੋਂ ਬਾਅਦ ਅੱਛਾ ਕਾਰਡ ਤਾਂ ਇੱਕੋ ਵਾਰੀ ਹੁੰਦਾ ਉਹ 5 ਕੁ ਸਾਲ ਦਾ ਚੱਲਦਾ ਉਹ ਅੱਛਾ ਉਦੋਂ ਬਾਅਦ 'ਚ ਪੇਪਰ ਵੀਜ਼ਾ ਉਦੋਂ ਬਾਅਦ ਪੇਪਰ ਵੀਜ਼ਾ ਦੇ ਦਿੰਦੇ ਨੇ ਉਹ ਤੂੰ ਜਿੱਥੇ ਮਰਜ਼ੀ ਫਿਰ ਤੁਰ ਜਿਵੇਂ ਤੇਰੇ ਕੋਲ ਲਾਇਸੈਂਸ ਬਣਾਇਆ ਹੋਇਆ ਤੂੰ ਉਹ ਵੀ ਵਰਤ ਸਕਦਾ ਏ ਟੀ ਐਮ ਵਗੈਰਾ ਜਾਂ ਜਿਹੜਾ ਡਾਕਟਰੀ ਵਾਲਾ ਉੱਥੇ ਵੀ ਜਾ ਸਕਦਾ ਉਹ ਬਾਕੀ ਸਹੂਲਤਾਂ ਚੱਲੀ ਜਾਂਦੀਆਂ ਨੇ ਬਸ ਇੱਕ ਇੰਡੀਆ ਆਉਣਾ ਬੰਦ ਹੋ ਜਾਂਦਾ ਠੀਕ ਹੈ ਫਿਰ ਉੱਥੇ ਬਈ ਪੀ ਆਰ ਹੋਣ ਦਾ ਕੋਈ ਚਾਂਸ ਕਿਵੇਂ ਹੁੰਦੇ ਨੇ ਬੰਦੇ ਪੀ ਆਰ ਤੁਸੀਂ ਦੱਸਿਆ ਵੀ ਬੰਦਿਆਂ ਕੋਲ ਪਾਸਪੋਰਟ ਵੀ ਨਹੀਂ ਉਹਨਾਂ ਕੋਲ ਆਪਣੇ ਵਾਲਿਆਂ ਕੋਲ ਆਪਣੇ ਵਾਲਿਆਂ ਕੋਲ ਫਿਰ ਉਹ ਕਿਵੇਂ ਹੁੰਦੇ ਨੇ ਪੀ ਆਰ ਉੱਥੇ ਪਾਸਪੋਰਟ ਮਿਲਦਾ ਉਹ ਵਿਆਹ ਕਰਾ ਕੇ ਜਾਂ ਤਾਂ ਬੰਦਾ ਵਿਆਹ ਕਰਾ ਕੇ ਹੁੰਦਾ ਜਾਂ ਉੱਥੇ ਪੜ੍ਹਾਈ ਥੋੜ੍ਹੀ ਜਿਹੀ ਵੱਧ ਕਰਨੀ ਪੈਂਦੀ ਹੈ ਕੋਈ ਡਾਕਟਰ ਬਣ ਗਿਆ ਜਾਂ ਕੋਈ ਹੋਰ ਇੰਨੀ ਲੱਗ ਜਾਂਦੇ ਨੇ ਕਾਫੀ ਟਾਈਮ ਇੰਨਾ ਆਪਣਾ ਤੈਨੂੰ ਪਤਾ ਪੰਜਾਬੀ ਜ਼ੋਰ ਨਹੀਂ ਮਾਰਦਾ ਹੈਗਾ ਜਿਹੜਾ ਡਾਕਟਰ ਹੀ ਬਣ ਗਿਆ ਉਹਨੇ ਫਿਰ ਕੋਰੀਆ ਥੋੜ੍ਹਾ ਰਹਿਣਾ ਉਹਨੇ ਕਹਿਣਾ ਮੈਂ ਇੰਡੀਆ ਚੱਲਦਾ ਉੱਥੇ ਕਰ ਲੈਣਾ ਡਾਕਟਰ ਜਦ ਜੀ ਵਿਆਹ ਕਰਾ ਕੇ ਬੰਦਾ ਹੁੰਦਾ ਪੱਕਾ ਉੱਥੇ ਜਿੰਨੇ ਹੋਏ ਨੇ ਵਿਆਹ ਕਰਾ ਕੇ ਹੋਏ ਨੇ ਹਾਂ ਵਿਆਹ ਕਰਾ ਕੇ ਹੋਏ ਨੇ ਮੇਰੇ ਦੇ ਤਾਂ ਬਾਕੀ ਇੱਕ ਜ਼ਿਆਦਾ ਆਪਣੇ ਅਟਲ ਬਿਹਾਰੀ ਵਾਜਪੇਈ ਹੁੰਦਾ ਸੀਗਾ ਮੁੱਖ ਪ੍ਰਧਾਨ ਮੰਤਰੀ ਹਾਂ ਜਦ ਉਹ ਕੋਰੀਆ ਗਿਆ ਸੀਗਾ ਉਹਨੇ ਜਾ ਕੇ ਉੱਥੇ ਕਿਹਾ ਸੀ ਕਹਿੰਦਾ ਵੀ ਜਿੰਨੇ ਵੀ ਇੰਡੀਅਨ ਨੇ ਬੰਦੇ ਸਾਡੇ ਪੱਕੇ ਕਰੋ ਉਹ ਲਹਿਰ ਦੇ ਵਿੱਚ ਵੀ ਆਪਣੇ ਬੰਦੇ ਬਹੁਤ ਪੱਕੇ ਹੋਏ ਨੇ ਅੱਛਾ ਉਹ ਵੇਲਿਆਂ 'ਚ ਉਹ ਵੇਲਿਆਂ ਦੇ ਵਿੱਚ ਜਦ ਉਹ ਸੀਗਾ ਅਤੇ ਹੁਣ ਨਹੀਂ ਕੋਈ ਬੰਦਾ ਹੋਇਆ ਪੱਕਾ ਹਾਲੇ ਪੜ੍ਹਾਈ ਉੱਥੇ ਫਿਰ ਮਹਿੰਗੀ ਹੈ ਬਈ ਮਹਿੰਗੀ ਹੈ ਪੜ੍ਹਾਈ ਵੀ
ਜਿਵੇਂ ਆਪਣੇ ਜਾਂਦੇ ਹੁਣ ਤੁਸੀਂ ਦੇਖ ਸਕਦੇ ਸਟੂਡੈਂਟ ਉੱਥੇ ਭਾਸ਼ਾ ਦੇ ਤੌਰ 'ਤੇ ਇੱਕ ਕੋਰਸ ਲੈ ਕੇ ਵਗ ਜਾਂਦੇ ਨੇ ਆਪਣੇ, ਹੈ ਫਿਰ ਉੱਥੇ ਜਾ ਕੇ ਉਹ ਪੜ੍ਹਾਈ ਛੱਡ ਦਿੰਦੇ ਨੇ? ਨਹੀਂ, ਕਈ ਤਾਂ ਕਰ ਲੈਂਦੇ ਨੇ ਕਿਉਂ ਨਾਲ ਦੀ ਨਾਲ ਕੰਮ ਵੀ ਮਿਲੀ ਜਾਂਦਾ, ਅਤੇ ਕਈ ਛੱਡ ਕੇ ਫਿਰ ਉਹਦਾ ਕੰਮ 'ਤੇ ਹੀ ਲੱਗ ਜਾਂਦੇ ਨੇ। ਉਹਨਾਂ ਨੂੰ ਪੱਕਾ ਕਰਦੇ ਨੇ ਜਿਵੇਂ ਕੋਈ ਹਾਈ ਫਾਈ ਪੜ੍ਹਾਈ, ਜਿਵੇਂ ਕੋਈ ਡਾਕਟਰ ਬਣ ਗਿਆ, ਮਤਲਬ ਹਾਈ ਸਕਿੱਲ ਚਾਹੀਦੇ ਉੱਥੇ ਪੱਕਾ ਹੋਣ ਵਾਸਤੇ, ਪੱਕਾ ਹੋਣ ਵਾਸਤੇ ਤਾਂ ਬੰਦਾ ਪੱਕਾ ਹੁੰਦਾ, ਤਾਂ ਬੰਦਾ ਪੱਕਾ ਹੁੰਦਾ। ਕੋਰੀਆ 'ਚ ਵੀ ਤੁਸੀਂ ਚੰਗੀਆਂ ਚੀਜ਼ਾਂ ਤਾਂ ਸਾਰੀਆਂ ਦੱਸਤੀਆਂ ਵੀ ਆਹ ਚੀਜ਼ ਬੰਦੇ ਨੂੰ ਉੱਥੇ ਭਾਸ਼ਾ ਇੰਨੀ ਚਿਰ 'ਚ ਸਿੱਖ ਜਾਂਦਾ, ਖਾਮੀਆਂ ਵੀ ਹੋਣੀਆਂ ਕੋਈ ਵੀ ਆਹ ਚੀਜ਼ ਕਰਕੇ ਬੰਦੇ ਨੂੰ ਪਰੇਸ਼ਾਨੀ ਵੀ ਆਉਂਦੀ ਕਿਸੇ ਚੀਜ਼ ਕਰਕੇ ਉੱਥੇ? ਉਹ ਜਾਂ ਜੇ ਬੰਦੇ ਕੋਲ ਕਾਰਡ ਨਾ ਹੋਵੇ ਫਿਰ ਥੋੜ੍ਹਾ ਜਿਹਾ ਡਰ ਡਰ ਕੇ ਬੰਦਾ ਰਹਿੰਦਾ ਵੀ ਯਾਰ, ਇੱਕ ਤਾਂ ਆਪਦੇ ਨਾਲ ਦੀ ਡਰਾਈ ਜਾਂਦੇ ਹੁੰਦੇ ਨੇ, ਅੱਜ ਉੱਥੇ ਇਮੀਗ੍ਰੇਸ਼ਨ ਪੈ ਗਈ, ਉੱਥੇ ਪੈ ਗਈ, ਉਹ ਚੱਕ ਲਏ ਬੰਦੇ, ਉਹ ਚੱਕ ਲਏ, ਬਾਹਰ ਨਾ ਨਿਕਲੇ ਹੋਏ, ਆਪਣੇ ਬੰਦੇ ਕਹੀ ਜਾਂਦੇ ਹੁੰਦੇ, ਫੋਨ ਕਰੀ ਜਾਂਦੇ ਨੇ, ਅਤੇ ਉਹਦੇ ਨਾਲ ਡਰ ਲੱਗੀ ਜਾਂਦਾ ਬੰਦੇ ਨੂੰ, 24 ਘੰਟੇ ਬੰਦਾ ਡਰਦਾ ਜਾ ਰਹਿੰਦਾ ਵੀ ਕਿਤੇ ਹੁਣ ਨਾ ਪੁਲਿਸ ਆ ਜਾਵੇ, ਕਦੇ ਉਹ ਨਾ ਸ਼ਿਕਾਇਤ ਕਰ ਦੇਵੇ, ਕਦੇ ਉਹ ਨਾ ਕਰ ਦੇਵੇ ਵੀ ਸ਼ਿਕਾਇਤ ਨਾ ਕਰ ਦੇਵੇ, ਕੋਈ ਰਿਪੋਰਟ ਨਾ ਹੋ ਜਾਈਏ, ਰਿਪੋਰਟ ਨਾ ਹੋ ਜਾਈਏ ਵੀ ਜਿੰਨਾ ਟਾਈਮ ਮਿਥਿਆ ਹੋਇਆ ਵੀ ਉਦੋਂ ਪਹਿਲਾਂ ਚੱਕੇ ਨਾ ਜਾਈਏ। ਚੱਕੇ ਜਾਂਦੇ ਵੀ ਨੇ ਬੰਦੇ ਬਹੁਤ, ਰਿਪੋਰਟ ਕਰਦੇ ਨੇ, ਕਰਦੇ ਨੇ, ਹਾਂ ਰਿਪੋਰਟ ਸਿੱਧਾ ਜਹਾਜ਼ 'ਚ ਬਿਠਾ ਕੇ? ਨਹੀਂ ਨਹੀਂ ਨਹੀਂ, ਪਹਿਲਾਂ ਰੱਖਦੇ ਆ ਉਹਨੂੰ ਥਾਣੇ ਰੱਖਦੇ ਆ, ਅਤੇ ਹਫ਼ਤਾ 10 ਦਿਨ ਦਿੰਦੇ ਆ ਉਹਨੂੰ ਵੀ ਤੋਂ ਬਾਅਦ ਸਮਾਨ ਸਮੂਨ ਚੱਕ, ਟਿਕਟ ਕਰਾ ਆਪਦੀ, ਟਿਕਟ ਕਰਾ ਕੇ ਫਿਰ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਦੇਣਾ ਪੈਂਦਾ, ਫਿਰ ਉੱਥੇ ਸਮਾਨ ਫੜ ਕੇ ਬੰਦੇ ਨੂੰ ਚਾੜਦੇ ਆ। ਉੱਥੇ ਕੋਈ ਐਂ ਨਹੀਂ ਕਰਦੇ ਵੀ ਬੰਦਾ ਫੜ ਲਿਆ, ਉਹ ਕਹੇ ਮੈਂ ਆਪਦਾ ਵਕੀਲ ਕਰਨਾ ਉਰੇ ਰਹਿਣ ਵਾਸਤੇ ਕੇਸ ਕੂਸ, ਨਹੀਂ ਕੁਛ ਵੀ ਨਹੀਂ, ਕੁਛ ਵੀ ਨਹੀਂ ਕਰ ਸਕਦਾ, ਸਿੱਧਾ ਵਾਪਸ। ਹੁਣ ਜਿਹਨਾਂ ਨੇ ਪੇਪਰ ਫੜੇ ਵੱਧ ਉਹ ਜਾਂਦੇ ਨੇ, ਜਿਹਨਾਂ ਕੋਲ ਪੇਪਰ ਪਹਿਲਾਂ ਹੁੰਦੇ ਨੇ ਫਿਰ ਉਹ ਛੱਡ ਦਿੰਦੇ ਨੇ ਪੇਪਰ, ਫੋਨ ਨੰਬਰ ਉਹੀ ਚੱਲਦਾ ਰਹਿੰਦਾ। ਅੱਛਾ, ਫੋਨ ਤੋਂ ਫਿਰ ਲੋਕੇਸ਼ਨ ਚੱਕ ਕੇ ਚੱਕ ਲੈਂਦੇ ਨੇ, ਫਿਰ ਉਹਨੂੰ ਤਾਂ ਸੀਧੀ ਚੱਕਦੇ ਨੇ, ਜੇ ਤਾਂ ਬੰਦੇ ਨੇ ਪੇਪਰ ਛੱਡਣੇ ਉਹਨੂੰ ਤਾਂ ਸਾਰਾ ਕੁਝ ਛੱਡ ਦੇਵੇ, ਫੋਨ ਵੀ ਬਦਲ ਦੇਵੇ, ਨਹੀਂ ਤਾਂ ਉਹ ਕਦੇ ਨਾ ਕਦੇ ਤਾਂ ਲੱਭ ਹੀ ਲੈਂਦੇ ਨੇ, ਪਤਾ ਹੁੰਦਾ ਉਹਨਾਂ ਨੂੰ ਸਾਰਾ ਕੁਝ। ਜੇ ਬਈ ਬੰਦਾ ਅੱਜ ਜਾਂਦਾ ਉਰੋਂ ਪੈਸੇ ਲਾ ਕੇ ਗਿਆ, ਮਤਲਬ ਜਿੰਨੇ ਵੀ ਉਹਦੇ ਲੱਗੇ, ਕਿੰਨੇ ਚਿਰ 'ਚ ਫ੍ਰੀ ਕਰ ਦਿੰਦਾ? ਸਾਲ ਕੁ 'ਚ ਕਰ ਦਿੰਦਾ, ਸਾਲ 'ਚ ਤਾਂ ਲਾ ਵੀ 6 ਮਹੀਨੇ ਯਾਰ, ਲਾ ਲਾ ਵੀ 6 ਮਹੀਨੇ ਤਾਂ ਬੰਦੇ ਦਾ ਦਿਲ ਦੁਲ ਜਿਹਾ ਲੱਗਦਾ, ਜਿਵੇਂ ਕਹਿ ਦਈਏ ਆਪਾਂ, ਜਾਂ ਕੰਮ ਜਿਹਾ ਲੋਟ ਆਉਂਦਾ, ਜਾਂ ਕੁਛ ਵੀ ਕਹਿ ਲਾ ਜਾਣ ਜੀ, ਲਾ ਲਾ ਵੀ 2-4 ਮਹੀਨੇ ਤਾਂ ਬੰਦਾ ਐਂ ਫਿਰਦਾ, ਛੇਤੀ ਜਾਂਦਾ ਕੰਮ 'ਤੇ ਵੀ ਨਹੀਂ ਲੱਗਦਾ ਹੈਗਾ। ਹਾਂ, ਜਿਵੇਂ ਕੋਈ ਬੰਦਾ ਕੋਈ ਜਿਵੇਂ ਕੋਈ ਉੱਥੇ ਪਹਿਲਾਂ ਆੜੀ ਮਿੱਤਰ ਗਿਆ ਹੋਵੇ, ਉਹ ਛੇਤੀ ਨਾਲ ਦੇ ਨੂੰ ਦੱਸ ਦਿੰਦਾ ਵੀ ਬਾਈ ਕੰਮ ਹੈਗਾ ਬੰਦੇ ਕੋਲ, ਤਾਂ ਬੰਦਾ ਮੇਰੇ ਕੋਲ ਬੈਠਾ, ਫਿਰ ਉਹ ਬੰਦਾ ਨਾਲ ਵੀ 1-2 ਕੰਮ ਛੱਡਦਾ ਹੀ ਹੁੰਦਾ, 5-4 ਕੰਮ ਛੱਡਦਾ ਹੀ ਹੁੰਦਾ, ਕਿਉਂ ਇੱਥੋਂ ਆਪਾਂ ਦੂਈ ਲੁੱਟ ਗਏ ਹੁੰਦੇ ਹਾਂ, ਉੱਥੇ ਜਾ ਕੇ ਨਹੀਂ ਸਕਿੱਲ ਨਹੀਂ ਹੁੰਦੀ, ਹਿਸਾਬ ਨਹੀਂ ਆਉਂਦਾ, ਫਿਰ ਯਾਰ ਬੰਦੇ ਕੋਲ 1-2 ਤਨਖਾਹਾਂ ਆ ਜਾਂਦੀਆਂ ਨੇ, ਫਿਰ ਅਗਲਾ ਕਹਿੰਦਾ ਵੀਰੇ ਵੀ ਮੈਂ ਤਾਂ ਇੱਥੇ ਠੀਕ ਹਾਂ, ਨਾ ਫਿਰ ਉਹ ਕਿਤੇ ਬਾਹਲਾ ਨਿਕਲਦਾ ਕਰਦਾ, ਬਸ ਉਹ ਤਾਂ ਫਿਰ ਮਹੀਨਾ ਦਿੰਦਾ ਹੁੰਦਾ ਵੀ ਲੈ ਵੀ ਆ ਗਿਆ ਮਹੀਨਾ, ਦਿਨ ਚੜ੍ਹ ਗਿਆ ਉਤਰ ਗਿਆ, ਚੜ੍ਹ ਗਿਆ ਉਤਰ ਗਿਆ, ਇਹੀ ਹੁੰਦਾ। ਮੌਸਮ ਕਿਵੇਂ ਦਾ ਬਾਈ ਉੱਥੇ ਰਹਿੰਦਾ, ਸਾਰੇ ਸਾਲ 'ਚ ਬਦਲਦਾ ਰਹਿੰਦਾ? ਹਾਂ ਬਦਲਦਾ, ਕਿਵੇਂ ਕਿਵੇਂ? ਗਰਮੀ ਯਾਨੀ ਜੀ 25-30 ਟੈਂਪਰੇਚਰ ਰਹਿੰਦਾ, ਅਤੇ ਬਰਫ਼ ਵਧੀਆ ਪੈਂਦੀ ਆ, ਬਰਫ਼ ਤਾਂ ਕਾਫ਼ੀ ਪੈ ਜਾਂਦੀ ਆ, ਮਾਈਨਸ ਚੱਲ ਜਾਂਦਾ ਕੰਮ, 5-5-10-10 ਮਾਈਨਸ ਹੋ ਜਾਂਦਾ, ਉਹ ਜੇ ਕੱਪੜੇ ਵਧੀਆ ਨੇ ਉੱਥੇ, ਫਿਰ ਬਰਫ਼ ਵਾਲੇ ਕੱਪੜੇ ਆਪਣੇ ਤਾਂ ਇੱਥੇ ਕਦੇ ਵੀ ਨਾ ਪਹਿਣ ਉਹ ਜਿਹੜੇ ਉੱਥੇ ਪੈਂਦੇ ਸੀਗੇ। ਠੰਡ 'ਚ ਕੋਈ ਕੰਮ ਕਰਨ 'ਚ ਤੰਗੀ? ਕੋਈ ਨਹੀਂ, ਜਮਾਂ ਹੀ ਨਹੀਂ, ਅੰਦਰੋਂ ਸੇਕ ਮਾਰਦਾ ਹੁੰਦਾ ਕੱਪੜਿਆਂ 'ਚੋਂ। ਅੱਛਾ, ਅਤੇ ਬਈ ਜਿਹੜੇ ਬੰਦੇ ਹੁਣ ਆਪਾਂ ਜ਼ਿਆਦਾ ਦੇਖਦੇ ਹਾਂ ਨੈੱਟ 'ਤੇ ਵੀ ਚੱਲਦਾ ਰਿਵਾਜ ਡੌਂਕੀ ਵਾਲਾ, 35-35 ਲੱਖ ਲਾ ਕੇ ਬੰਦਾ 45-45 ਲੱਗਦਾ ਅਮਰੀਕਾ ਦਾ ਜਾਂਦੇ ਨੇ, ਉਹਦੇ ਨਾਲ ਉਹ ਇਹ ਕਿੰਨਾ ਕੁ ਫਾਇਦੇਮੰਦ ਹੈ ਤੁਹਾਡੇ ਵਾਲਾ ਕੋਰੀ ਵਾਲਾ ਸਿਸਟਮ? ਨਹੀਂ, ਉਹ 35 ਲੱਖ ਵੀ ਕਿਤੋਂ ਆਉਣਾ ਹੀ ਆ, ਠੀਕ ਆ,
ਜੇ ਬੰਦੇ ਨੇ ਕੋਈ ਹੁਣ ਕਈ ਬੰਦੇ ਨੇ ਚੰਗੇ ਬੰਦੇ ਨੇ ਜਿਹੜੇ ਕਹਿੰਦੇ ਨੇ ਯਾਰ ਵੀ ਕੋਈ ਨਾ ਵੀ ਤੂੰ ਉੱਥੇ ਜਾਇਆ ਉੱਥੇ ਜਾਇਆ, ਪਹਿਲਾਂ ਜਾ ਲਾ ਲਵੇ ਡੁਬਈ ਜਾਇਆ ਜਾਂ ਕਿਤੇ ਹੋਰ ਜਾਇਆ ਜਾਂ ਕਿਤੇ ਹੋਰ ਜਾਇਆ, ਜੇ ਕਿਸੇ ਨੇ ਇੰਨੇ ਪੈਸੇ ਇਕੱਠੇ ਕਰਨੇ ਆ ਨਾ 35 ਲੱਖ ਰੁਪਈਆ, ਤਾਂ ਕੋਰੀਆ ਤੋਂ ਬਿਨਾਂ ਕੋਈ ਦੇਸ਼ ਨਹੀਂ ਹੈਗਾ ਜਿਹੜਾ 35 ਲੱਖ ਰੁਪਈਆ ਇਕੱਠਾ ਕਰਕੇ ਦੇ ਦੇਵੇ ਸਾਨੂੰ। 35 ਲੱਖ ਰੁਪਈਆ ਤੁਸੀਂ ਸੱਚ ਕਰੋ ਇਕੱਠਾ, ਕੈਨੇਡਾ ਨੂੰ ਲੰਘ ਜਾਓ, ਫੈਮਿਲੀ ਨੂੰ ਲੈ ਕੇ ਵਧੀਆ ਲਾ ਲਾ ਵੀ ਕੰਮ ਕਾਰ ਤਾਂ ਜਾਣ 'ਚ ਹੀ ਪੈਸੇ ਤਾਂ ਕੋਰੀਆ 'ਚ ਹੀ ਬਣਦੇ ਨੇ, ਜਿਵੇਂ ਜਾਂ ਪੱਕਾ ਹੋਣ ਦਾ ਸਿਸਟਮ ਨਹੀਂ ਹੈਗਾ ਉੱਥੇ ਕੋਈ, ਆਹ ਵਿਆਹ ਕਰਾ ਲਓ ਜਾਂ ਇੱਦਾਂ ਪੜ੍ਹਾਈ ਕਰਕੇ ਆ, ਨਹੀਂ ਤਾਂ ਕੋਰੀਆ ਵਰਗਾ ਦੇਸ਼ ਹੀ ਨਹੀਂ ਕੋਈ ਮੈਂ ਮੰਨਦਾ। ਮੈਂ ਕੈਨੇਡਾ ਵੀ ਗਿਆ, ਮੈਂ ਯੂਰਪ ਵੀ ਸਾਰਾ ਘੁੰਮਿਆ ਹੋਇਆ, ਠੀਕ ਆ, ਜਾਣੀ ਜੀ ਮੈਨੂੰ ਨਹੀਂ ਲੱਗਿਆ ਹੈਗਾ ਵੀ ਕੋਰੀਆ ਤੋਂ ਕੋਈ ਦੇਸ਼ ਵਧੀਆ, ਜਾਂ ਮੈਂ ਉੱਥੇ ਕੰਮ ਨਹੀਂ ਵਾਲਾ ਕੀਤਾ, ਮੈਨੂੰ ਉਹ ਚੀਜ਼ ਦਾ ਨਹੀਂ ਪਤਾ ਹੋਣਾ। ਪਰ ਜਿਹੜੇ ਬੰਦੇ ਉੱਥੇ ਰਹਿੰਦੇ ਹੁੰਦੇ ਸੀਗੇ ਜਾਂ ਕੈਨੇਡਾ 'ਚ ਵੀ ਜਾਂ ਆਪਣੇ ਇਟਲੀ ਦੇ ਵਿੱਚ ਜਾਂ ਕਿਤੇ ਵੀ, ਉਹ ਕਹਿੰਦੇ ਇੰਨੇ ਕੁ ਪੈਸੇ ਬਣਦੇ ਆ, ਇੰਨੇ ਕੁ ਪੈਸੇ ਬਣਦੇ ਆ, ਅਤੇ ਕੋਰੀਆ ਤਾਂ ਤੂੰ 1.5 ਲੱਖ ਤਾਂ ਮੰਨ ਕੇ ਚੱਲ, 1.5 ਲੱਖ ਤਾਂ ਮਤਲਬ ਮੰਨ ਕੇ ਚੱਲ, ਹਾਂ ਵੀ ਛੋਟੀ ਗੱਲ, ਛੋਟੀ ਗੱਲ ਆ ਵੀ ਹਾਂ, ਉਹ ਤੋਂ ਬਾਅਦ ਬਚਾਉਣਾ ਉਹ ਤੇਰੇ ਸਿਰ 'ਤੇ ਆ, ਚਾਹੇ ਤੂੰ 1 ਲੱਖ ਖਾ ਲਾ, 50 ਘਰੇ ਭੇਜ ਦੇ, ਚਾਹੇ ਤੂੰ 50 ਵੱਧ ਤੋਂ ਵੱਧ, ਜੇ ਤੁਸੀਂ ਕਹਿੰਦੇ ਵੀ ਵੱਧ ਤੋਂ ਮਤਲਬ ਵੀ ਸਭ ਤੋਂ ਛੋਟੀ ਇਕਾਈ ਹੈ ਜਿਹੜੀ ਉਹ 1.5 ਲੱਖ ਬੰਦਾ ਕਮਾ ਲੈਂਦਾ, ਇੰਡੀਆ ਭੇਜ ਸਕਦਾ, ਭੇਜ ਸਕਦਾ, ਵੱਧ ਤੋਂ ਵੱਧ ਕਿੰਨੇ ਭੇਜ ਸਕਦਾ, ਵੱਧ ਤੋਂ ਵੱਧ ਕਿੰਨੇ ਕਮਾ ਸਕਦਾ, ਵੱਧ ਤੋਂ ਵੱਧ ਜਿਵੇਂ ਲਾ ਲਾ ਬਿਲਡਿੰਗ ਵਾਲਾ ਕੰਮ ਹੋ ਗਿਆ ਬੰਦੇ ਨੂੰ ਜਿਹਨੂੰ ਆਉਂਦਾ ਜੀ, ਜਿਹਦੇ ਕੋਲ ਸਕਿੱਲ ਹੈ, ਸਕਿੱਲ ਆ, ਹਾਂ ਜਿਹਦੇ ਕੋਈ ਵੀ ਸਕਿੱਲ ਆ ਉੱਥੇ ਵੀ, ਅੱਛਾ, ਜਿਵੇਂ ਵਾਲ ਕੱਟਦਾ, ਬਿਲਡਿੰਗ ਕਰਦਾ, ਘਰ ਬਣਾਉਂਦਾ, ਉਹਦੀ ਵੀ 2.5 ਤੋਂ 3 ਦੇ ਵਿੱਚ, ਚੱਲ ਜੀ ਮੈਂ ਸੁਣਿਆ ਬਈ ਉੱਥੇ ਵੀ ਹੈਗੀ ਆ, ਜਾਣੀ ਦੇਖਿਆ ਤਾਂ 1-2 ਬੰਦੇ ਜਿਹੜੇ ਬਿਲਡਿੰਗ ਕਰ ਦਿੰਦੇ ਸੀ ਉਹ ਦੱਸਦੇ ਕਹਿੰਦੇ ਵੀ ਲਾ ਲਓ ਵੀ 6,000 ਚੱਲਦਾ, 6-7 ਜਾਣੀ 10,000 ਰੁਪਇਆ ਕਹਿੰਦੇ ਦਿਹਾੜੀ ਪਾਉਂਦੇ ਆ, ਫਿਰ ਤੁਸੀਂ ਹਿਸਾਬ ਲਾ ਲਓ ਕਿੰਨੇ ਬਣ ਗਏ, ਇੰਡੀਆ ਦੀ 10,000 ਦਿਹਾੜੀ ਰੋਜ਼ ਰੋਜ਼, ਹਾਂ ਜੀ, ਜਿਹੜੀ ਬੰਦਾ ਦੂਏ ਲੋਟ ਜਿਵੇਂ ਫਾਰਮਾਂ 'ਚ ਆ, 4-5,000 ਰੁਪਇਆ ਦਿਹਾੜੀ ਪੱਕੀ, 4,000 ਤੋਂ ਪਲੱਸ ਜਾਂਦੀ ਆ ਦਿਹਾੜੀ ਇੱਕ ਦਿਹਾੜੀ, ਠੀਕ ਹੈ, ਜਾਂਦੀ ਹੋ ਜਾਂਦੀ ਆ। ਆਪਣੇ ਪੰਜਾਬੀ ਜ਼ਿਆਦਾ ਕਿਹੜੇ ਕੰਮ ਨੂੰ ਹੱਥ ਪਾਉਂਦੇ ਨੇ ਉੱਥੇ ਫਿਰ? ਫਾਰਮਾਂ ਵਾਲੇ, ਫਾਰਮਾਂ ਦੇ, ਫਾਰਮਾਂ 'ਚ ਗੱਲ 'ਚ ਇਹ ਆ ਵੀ ਉੱਥੇ 4-5 ਹਜ਼ਾਰ ਰੁਪਇਆ ਦਿਹਾੜੀ ਪੈਂਦੀ ਆ, ਜੇ ਆਪਾਂ ਹੋਰ ਕਿਤੇ ਜਾਂਦੇ ਹਾਂ ਉੱਥੇ 7-8 ਪੈਂਦੀ ਹੋਣੀ ਆ, 6 ਪੈਂਦੀ ਹੋਣੀ ਆ, 7 ਪੈਂਦੀ ਹੋਣੀ ਆ, ਹਾਂ 6 ਤਾਂ ਜਿਹੜੀ ਆਪਾਂ ਨੋਰਮਲ ਦਿਹਾੜੀ ਵੀ ਕਰਨ ਜਾਂਦੇ ਹਾਂ ਉੱਥੇ, ਜਿਵੇਂ ਆਪਾਂ ਘਰਾਂ ਘੁਰਾਂ ਦਾ ਕੰਮ ਬਣਾ ਕਰਨ ਜਾਂਦੇ ਹਾਂ ਜਾਂ ਉੱਥੇ ਬਣੇ ਹੁੰਦੇ ਨੇ, ਉੱਥੇ ਬੰਦਾ ਜਾ ਕੇ ਕਹਿੰਦਾ ਵੀ ਮੈਨੂੰ ਕੰਮ ਦੀ ਲੋੜ ਆ ਵੀ ਮੈਂ ਦਿਹਾੜੀ ਕਰ ਸਕਦਾ, ਦਫ਼ਤਰ ਬਣੇ ਹੋਏ ਨੇ, ਹਾਂ ਦਫ਼ਤਰ, ਉੱਥੇ ਬੰਦਾ ਸਵੇਰੇ ਜਾਂਦਾ, ਉੱਥੇ ਗੱਡੀਆਂ ਆਉਂਦੀਆਂ ਨੇ, ਬੰਦੇ ਨੂੰ ਲੈ ਜਾਂਦੀਆਂ ਨੇ, ਅੱਛਾ, ਉੱਥੇ ਸ਼ਾਮ ਨੂੰ ਛੱਡ ਜਾਂਦੀਆਂ ਨੇ, ਰੋਟੀ ਪਾਣੀ ਜਿਹੜਾ ਲੈ ਕੇ ਜਾਂਦਾ ਉਹਦਾ। ਤੁਸੀਂ ਦੱਸ ਰਹੇ ਭਾਸ਼ਾ ਸਿਖਾਉਂਦੇ ਨੇ ਉਹ ਬਣੇ ਚਰਚ ਵਾਲੀ, ਚਰਚ ਵਾਲੇ, ਹਾਂ ਉਹ ਦੱਸੋ ਮਾੜੀ ਜੀ, ਉਹ ਚਰਚ ਵਾਲਿਆਂ ਨੂੰ ਐਂ ਹੁੰਦਾ ਵੀ ਸਾਡੇ ਇਕੱਠ ਹੋਵੇ, ਉਹ ਭਾਸ਼ਾ ਵੀ ਸਿਖਾਉਂਦੇ ਆ, ਕੱਪੜਾ ਜਿਹੜਾ ਵੀ ਦੇ ਦਿੰਦੇ ਨੇ, ਅਤੇ ਖਾਣ ਪੀਣ ਨੂੰ ਵੀ ਵਧੀਆ ਚੀਜ਼ਾਂ, ਜਿਵੇਂ ਤਿਉਹਾਰ ਤਿਉਹਰ ਹੁੰਦਾ ਉਹਨਾਂ ਦਾ, ਉੱਥੇ ਬੰਦੇ ਬਹੁਤ ਜਾਂਦੇ ਨੇ ਆਪਣੇ ਭਾਸ਼ਾ ਸਿੱਖਣ, ਭਾਸ਼ਾ ਸਿੱਖਣ ਜਾਂਦੇ ਨੇ, ਉਹਨਾਂ ਨੂੰ ਕੋਈ ਮਤਲਬ ਨਹੀਂ, ਚਾਹੇ ਕੋਈ ਆਵੇ ਪੱਗ ਵਾਲਾ ਆ ਜਾਵੇ, ਚਾਹੇ ਰੋਡਾ ਆ ਜਾਵੇ, ਉਹਨਾਂ ਨੂੰ ਐਂ ਲੱਗੀ ਜਾਂਦਾ ਵੀ ਖਾਲੀ ਸਾਡੇ ਧਰਮ 'ਚ ਆਉਂਦੇ ਨੇ, ਅੱਛਾ, ਉਹ ਆਪਣੇ ਪੰਜਾਬੀ, ਤੁਹਾਨੂੰ ਪਤਾ ਵੀ ਉਹਨਾਂ ਨੂੰ ਐਂ ਹੁੰਦਾ ਵੀ ਸਾਨੂੰ ਬੋਲੀ ਆ ਜਾਵੇ, ਉਹ ਧਰਮ ਉਹਨਾਂ ਨੂੰ ਆਉਂਦਾ ਵੀ ਧਰਮ ਵਾਲੇ, ਧਰਮ ਵਾਲੇ ਹੁੰਦੇ ਨੇ, ਹਾਂ, ਪਰ ਆਪਣੇ ਬੰਦੇ ਕਹਿੰਦੇ ਨੇ ਅਸੀਂ ਬੋਲੀ ਸਿੱਖਣ ਜਾਂਦੇ ਹਾਂ, ਬੋਲੀ ਆਉਂਦੀ ਵੀ ਆ, ਜੇ ਆਪਾਂ ਉਹ ਬੰਦਿਆਂ 'ਚ ਰਹਿੰਦੇ ਹਾਂ ਜਾ ਕੇ, ਐਤਵਾਰ ਨੂੰ ਹੀ ਜਾਣਾ ਹੁੰਦਾ, ਕਿੰਨੇ ਘੰਟੇ ਐਤਵਾਰ ਨੂੰ ਲਾਉਂਦੇ ਨੇ ਕਲਾਸ ਫਿਰ ਉਹ? ਲਾ ਲਾ ਵੀ 2-4 ਘੰਟੇ ਤਾਂ ਲਾਉਂਦੇ ਹੀ ਨੇ ਉਹ, ਵਿੱਚੇ ਰੋਟੀ ਖਵਾਉਣਗੇ ਤੁਹਾਨੂੰ ਵਿੱਚੇ, ਹਾਂ ਰੋਟੀ ਪਾਣੀ ਲੈ ਕੇ ਵੀ ਜਾਣਗੇ ਫਾਰਮ 'ਚੋਂ, ਛੱਡ ਕੇ ਵੀ ਜਾਣਗੇ, ਛੱਡ ਕੇ ਵੀ ਜਾਣਗੇ, ਠੀਕ ਹੈ। ਜਿਵੇਂ ਬਈ ਆਪਾਂ ਦੇਖਦੇ ਹਾਂ ਕੈਨੇਡਾ ਦੀ ਆਪਾਂ ਜ਼ਿੰਦਗੀ ਸੁਣਦੇ ਹਾਂ, ਕੈਨੇਡਾ ਹੋ, ਆਸਟ੍ਰੇਲੀਆ ਗਾ, ਲੋਕ ਉੱਥੇ ਕਹਿੰਦੇ ਵੀ ਟਾਈਮ ਨਹੀਂ ਆ, ਡਿਪਰੈਸ਼ਨ ਵਾਲੀ ਜ਼ਿੰਦਗੀ ਆ, ਕੰਮ ਤੋਂ ਆ ਗਏ, ਕੰਮ ਤੋਂ ਵਾਗੇ ਬਸ ਪੈਨ ਆਉਣੇ ਆ ਘਰੇ। ਕੋਰੀਆ ਦੀ ਜ਼ਿੰਦਗੀ ਕਿਹੋ ਜਿਹਾ ਕੰਮ ਵਾਲੇ ਬੰਦੇ ਦੀ? ਯਾਰ ਯਾਰ ਤੁਹਾਨੂੰ ਚੜ੍ਹੇ ਮਹੀਨੇ 1.5-2 ਲੱਖ ਰੁਪਇਆ ਆਉਣਾ, ਕਾਹਦਾ ਡਿਪਰੈਸ਼ਨ ਆ ਤੁਹਾਨੂੰ? ਨਾ ਮਤਲਬ ਵੀ ਟਾਈਮ ਤਾਂ ਮਿਲਦਾ ਤੁਹਾਨੂੰ, ਜਿਵੇਂ ਤੁਹਾਨੂੰ ਫਾਰਮ ਵਾਲੀ ਗੱਲ ਦੱਸੀ ਵੀ ਤੁਹਾਨੂੰ, ਹੁਣ ਲੋਕ ਤਾਂ ਉੱਥੇ ਫਾਰਮ ਵਾਲੇ ਕਹਿੰਦੇ ਯਾਰ, ਹੁਣ ਮੇਨ ਮੈਨੂੰ ਕਹੀ ਜਾਂਦੇ ਤੂੰ ਯਾਰ ਬਾਹਰ ਨਹੀਂ ਨਿਕਲਦਾ, ਤੂੰ ਐਂ ਨਹੀਂ ਕਰਦਾ, ਤੂੰ ਬੋਹ ਨਹੀਂ ਕਰਦਾ,
ਜਾਂ ਤੁਸੀਂ ਪੈਸੇ ਕਮਾਉਣਾ ਚੁੱਪ ਕਰਕੇ ਬੈਠੇ ਰਹੋ। ਹੁਣ ਅਸੀਂ ਤਾਂ ਦੂਜੇ ਲੁੱਟ ਬੈਠੇ ਹੁਣ, ਜਿਹੜੇ ਕੈਨੇਡਾ ਜਾਂ ਕਿਤੇ ਹੋਰ ਵਿਦੇਸ਼ 'ਚ ਨੇ, ਗੱਡੀਆਂ ਘੋੜੇ ਕੋਲੇ ਨੇ, ਠੀਕ ਆ, ਪੀ ਆਰ ਵਗੈਰਾ ਪੱਕੇ ਨੇ, ਠੀਕ ਆ, ਹੁਣ ਉਹਦਾ ਯਾਰ ਟੈਨਸ਼ਨ ਤਾਂ ਜਿੰਨੀਆਂ ਮਰਜ਼ੀ ਲਈ ਚੱਲ, ਅਗਲਾ ਤਾਂ ਕਹਿੰਦਾ ਹੀ ਹੁੰਦਾ, ਪਰ ਉੱਥੇ ਵੀ ਜਿਹੜੇ ਬੰਦੇ ਕੰਮ ਕਰਦੇ ਨੇ ਕੈਨੇਡਾ ਦੇ ਵਿੱਚ ਵੀ, ਉਹ ਨਹੀਂ ਬਾਹਲਾ ਉਹ ਕਰਦੇ, ਨਹੀਂ ਇੰਡੀਆ ਆਉਂਦੇ ਬਾਹਲਾ, ਉਹ ਉੱਥੇ ਵੀ ਠੀਕ ਨੇ। ਹੁਣ ਆਪਾਂ ਤਾਂ ਸੁਣਦੇ ਹਾਂ ਵੀ ਬਾਈ ਯਾਰ ਆਹ ਕੰਮ ਨਹੀਂ ਹੈਗਾ, ਆ ਨਹੀਂ ਹੈਗਾ, ਉੱਥੇ ਵੀ ਵਧੀਆ ਚੱਲੀ ਜਾਂਦਾ ਕੰਮ। ਇੱਥੇ ਕੋਰੀਆ ਦੇ ਵਿੱਚ ਵੀ, ਕੋਰੀਆ 'ਚ ਵੀ ਬੰਦੇ ਬਹੁਤ ਨੇ ਕਹਿੰਦੇ ਐਂ ਐਂ ਕੰਮ ਮਾੜੇ ਨੇ, ਕੰਮ ਉਹ ਨੇ, ਨਹੀਂ ਜਿਹਨੇ ਕਰਨਾ ਉਹਨੇ ਕਰੀ ਲੈਣਾ। ਬਈ ਖਾਣ ਪੀਣ ਦਾ ਕੀ ਫਰਕ ਲੱਗਿਆ? ਇੱਕ ਜਿਵੇਂ ਤੁਸੀਂ ਉਹ ਦੱਸ ਰਹੇ ਸੀਗੇ ਡਾਕਟਰ ਆਉਂਦੇ ਸੀਗੇ, ਉਹ ਬਾਰਾਂ ਸਿੰਘੇ ਦੇ ਸਿੰਘ ਵੜਦੇ ਸੀਗੇ, ਉਹ ਕੀ ਸਿਸਟਮ? ਉਹ ਦਵਾਈਆਂ ਬਣਦੀਆਂ ਨੇ ਉਹ ਸਿੰਘਾਂ ਦੀਆਂ, ਬਾਰਾਂ ਸਿੰਘਾਂ ਦੀਆਂ, ਉਹ 'ਚੋਂ ਖੂਨ ਨਿਕਲਦਾ। ਉਹ ਜਿਵੇਂ ਜਦ ਸਿੰਘ ਦਾ ਉੱਤੇ ਮਾਸ ਹੋ ਜਾਂਦਾ, ਜਿਵੇਂ ਆਪਣੀ ਹੱਡੀ ਦੇ ਮਾਸ ਆ, ਹਾਂਜੀ, ਉਹ ਕੁਣ ਸਿੰਘਾਂ ਦੇ ਮਾਸ ਹੁੰਦਾ, ਅੱਛਾ, ਬਲੱਡ ਚੱਲਦਾ ਉਹਦੇ ਉੱਤੇ, ਅੱਛਾ, ਪਰ ਜਦ ਤੱਕ ਉਹਦਾ ਮਾਸ ਜਾਂ ਲਹਿੰਦਾ ਨੀਗਾ ਤਾਂ ਕੈੜੇ ਨਹੀਂ ਹੁੰਦੇ ਹੈਗੇ ਉਹ, ਠੀਕ ਹੈ, ਤਿੱਖੇ ਹੋ ਜਾਂਦੇ। ਜੇ ਆਪਾਂ ਆਮ ਆਪਾਂ ਵੀਡੀਓ ਦੇਖਦੇ ਨੇ, ਉਹ ਤਿੱਖੇ ਤਿੱਖੇ ਨੇ, ਉਹ ਦਰਖਤ, ਹਾਂ ਦਰਖਤ, ਉਹ ਤਿੱਖੇ ਹੋਣ ਤੋਂ ਪਹਿਲਾਂ ਵੱਢ ਲੈਂਦੇ ਨੇ ਉਹਨਾਂ ਨੂੰ, ਅੱਛਾ, ਵੱਢ ਕੇ ਉਹਨਾਂ ਦੀ ਫਿਰ 100-100 ਗ੍ਰਾਮ ਕਰਕੇ ਵੇਚਦੇ ਨੇ, ਉਹਨਾਂ ਦਵਾਈਆਂ ਬਣਦੀਆਂ ਨੇ ਖੂਨ ਨੂੰ, ਨਾ ਸਿੰਘ ਨੂੰ ਵੀ ਪੂਰੇ ਨੂੰ ਵੱਢ ਲੈਂਦੇ ਨੇ, ਠੀਕ ਹੈ, ਦੋ ਹੀ ਸਿੰਘ ਲਾ ਲਾ ਵੀ 20-21 ਕਿਲੋ ਦਾ ਹੋ ਜਾਂਦਾ, ਠੀਕ ਹੈ, ਉਹਨਾਂ 'ਚ ਆਪਣੇ ਇੰਡੀਆ ਦੇ ਹਿਸਾਬ ਨਾਲ ਇੱਕ 12 ਸਿੰਘ ਦਾ ਸਿੰਘ 3-4 ਲੱਖ ਰੁਪਏ ਦਾ ਵਿਕਦਾ, ਵਿਕਦਾ ਇੰਨੇ ਦਾ ਜੀ ਉਹਦਾ, ਅਤੇ ਉਹ ਫਿਰ ਉਹ ਕਰਕੇ ਫਰਿੱਜ 'ਚ ਲਾ ਕੇ ਫਿਰ ਉਹ ਫੈਕਟਰੀਆਂ ਦੇ ਵਿੱਚ ਕਟਿੰਗ ਕਰਕੇ, ਕੋਈ ਜਿਵੇਂ ਆਪਾਂ ਚਾਹ 'ਚ ਪਾ ਲੈਂਦੇ, ਚਾਹ ਪੱਤੀ ਉੱਦਾਂ ਦਾ ਬਣਿਆ ਹੁੰਦਾ, ਚੌਕਲੇਟ ਬਣ ਜਾਂਦੇ, ਟੋਫੀਆਂ ਬਣ ਜਾਂਦੀਆਂ ਨੇ, ਕੌਫੀ ਬਣ ਜਾਂਦਾ ਕੌਫੀ ਦੇ ਵਿੱਚ, ਉਹ ਹੌਲੀ ਹੌਲੀ ਆਊ ਆਪਣੇ ਇੰਡੀਆ ਵੀ, ਹਜੇ ਉੱਥੇ ਚੱਲਦਾ, ਇੱਥੇ ਜਪਾਨ 'ਚ ਵੀ ਜਾਂਦਾ ਉਹਨਾਂ ਦਾ, ਅੱਛਾ, ਚਾਈਨਾ 'ਚ ਜਾਂਦਾ, ਜਾਂ ਜਿਹੜੇ ਉੱਥੇ ਕੋਰੀਆ 'ਚ ਰਹਿੰਦੇ ਉਹਨਾਂ ਨੂੰ ਪਤਾ। ਇੱਕ ਉਹ ਦੱਸਿਆ ਵੀ ਤੁਸੀਂ ਖੂਨ ਲੋਕ ਲੈ ਕੇ ਜਾਂਦੇ ਨੇ, ਉਹ ਕਹਿੰਦੇ ਢਿੱਡ ਦੀਆਂ ਬਿਮਾਰੀਆਂ ਬਹੁਤ, ਉਹ ਖੂਨ ਕਿੱਥੋਂ ਕਿੱਥੋਂ? ਉਹ ਜਾਂ ਆਪਾਂ ਸਾਈਡ ਤੋਂ ਸਿੰਘ ਵੱਢਦੇ ਹਾਂ, ਅੱਛਾ, ਉਹ 12 ਸਿੰਘ ਦੇ, ਹਾਂ, ਜਾਂ ਸਿੰਘ ਵੱਢਦੇ ਹਾਂ, ਸਿੰਘ ਵੱਢ ਕੇ ਸਾਈਡ 'ਚ ਲਾਉਣਾ, ਜਾਂ ਉਹਨੂੰ ਉਹਦੇ 'ਚ ਬਲੱਡ ਆਉਣ ਲੱਗ ਜਾਂਦਾ, ਫਿਰ ਉਹ ਕਿਸੇ ਭਾਂਡੇ 'ਚ ਪਾ ਕੇ ਰੱਖ ਲੈਂਦੇ ਨੇ ਉਹਨੂੰ, ਰੱਖ ਕੇ ਉਹਦੇ 'ਚ ਵਾਈਨ ਵਗੈਰਾ ਪਾ ਕੇ ਫਿਰ ਇੰਨਾ ਕਰਕੇ ਪੀ ਲੈਂਦੇ ਨੇ, ਬਾਅਦ 'ਚੋਂ ਸਿੰਘ ਦੇ ਉੱਤੇ ਦਵਾਈ ਲਾ ਕੇ ਉੱਥੇ ਪੱਟੀ ਬੰਨ੍ਹ ਦਿੰਦੇ ਨੇ, ਠੀਕ ਹੈ, ਗੱਠ ਨਹੀਂ ਮਾਰਦੇ, ਜਿਵੇਂ ਆਪਾਂ ਉਹ ਨਹੀਂ ਕਰ ਲੈਂਦੇ ਹੁੰਦੇ, ਜੂੜਾ ਕਰ ਲੈਂਦੇ ਹੁੰਦੇ ਆ, ਜੂੜਾ ਕਰਕੇ ਬਸ ਐਂ ਵਿੱਚ ਜਿਹਨੂੰ ਫਸਾ ਲੈਂਦੇ ਆ, ਉਹਦੇ ਉਹ ਬੰਨ੍ਹ ਕੇ ਟਾਇਟ ਬੰਨ੍ਹ ਕੇ ਨਾਲ ਉਹ ਫਸਾਉਂਦੇ ਨੇ ਸਿੰਘ 'ਤੇ, ਹਾਂ, ਸਿੰਘ 'ਤੇ ਟੀਕੇ ਟੂਕੇ ਲਾ ਕੇ ਖਾਸੇ ਪਿੱਲਾ ਲਾ, ਵੀ ਘੰਟੇ ਕੁ ਬਾਅਦ ਹਟ ਜਾਂਦਾ, ਫਿਰ ਖੂਨ ਨਹੀਂ ਆਉਂਦਾ, ਫਿਰ ਉਹ ਖੂਨ ਫਿਰ ਲੋਕ ਪੀਂਦੇ ਨੇ, ਉਹ ਪੀਂਦੇ ਨੇ ਖੂਨ, ਉਹ ਡਾਕਟਰ ਦੱਸਦੇ ਨੇ, ਡਾਕਟਰ ਵੀ ਆ ਕੇ ਪੀਂਦੇ ਨੇ, ਦੱਸਦੇ ਜੀ ਡਾਕਟਰ ਵੀ ਆ ਕੇ ਪੀਂਦੇ ਨੇ, ਕੋਈ ਚਾਈਨਾ ਦਾ ਕੀ ਬੰਦਾ ਆਇਆ ਸੀਗਾ, ਹਾਂ, ਚਾਈਨਾ ਦਾ ਕੋਈ ਕੋਈ ਲੇਡੀਜ਼ ਆਈ ਸੀਗੀ, ਅੱਛਾ, ਕੋਈ ਸ਼ਾਇਦ ਗਾਉਣੇ ਵਾਲੀ ਸੀ, ਮੈਨੂੰ ਇੰਨਾ ਨਹੀਂ ਪਤਾ, ਉਹਦੀ ਦੀ ਸੈਲੀਬ੍ਰਿਟੀ ਸੀ, ਸੈਲੀਬ੍ਰਿਟੀ ਸੀਗੀ, ਹਾਂ, ਉਹ ਆਪ ਪੀ ਕੇ ਗਈ, ਨਾਲੇ ਫਾਰਮ ਦੇਖ ਕੇ ਗਈ, ਖੂਨ ਪੀ ਕੇ ਗਈ, ਕਿੰਨਾ ਵੀ ਖੂਨ ਪੀਂਦੇ ਕਿੰਨੇ ਨੇ, ਗਲਾਸ ਗਲਾਸ ਪੀਂਦੇ ਨੇ, ਕਿੰਨਾ ਕਿੰਨਾ ਕੁ ਪੀਂਦੇ ਨੇ ਬਾਈ? ਬਸ ਜਿਵੇਂ ਜਿਹੜਾ ਆਪਣੇ ਕੌਫੀ ਵਾਲੇ ਕੱਪ 'ਚ ਨਹੀਂ ਹੁੰਦੇ, ਨੈਸਕੇਵ ਦੇ ਇੰਨੇ ਕੁ, ਹਾਂ, ਸ਼ੁੰਗੀ ਕੱਪ ਕਹਿੰਦੇ ਨੇ ਉਹਨੂੰ, ਉਹ ਬਾਬਾ ਕੱਪ ਕੱਪ ਪੀ ਲੈਂਦੇ ਨੇ ਬਸ, ਉਹ ਮਤਲਬ ਵੀ ਰੋਜ਼ ਇੱਕ ਕੱਪ ਪੀਂਦੇ ਨੇ? ਨਾ ਨਾ ਨਾ, ਬਸ 6-7 ਮਹੀਨੇ ਆਪਾਂ ਵੜਦੇ ਹੁੰਦੇ ਸੀ, ਬਸ ਉਹ ਮਹੀਨੇ, ਉਹ ਮਹੀਨਾ ਮਤਲਬ ਵੀ ਜਿਵੇਂ ਅੱਜ ਪੀ ਲਿਆ ਉਹਦਾ ਖੂਨ ਦਾ ਕੱਪ, ਫਿਰ ਜਿਵੇਂ ਕੱਲ੍ਹ ਨੂੰ ਫਿਰ ਪੀਂਦੇ ਸੀਗੇ? ਪੀ ਲੈਂਦੇ ਨਹੀਂ, ਜਿਹੜੇ ਦੂਰੋਂ ਆਉਂਦੇ ਉਹ ਤਾਂ ਫਿਰ ਇੱਕ ਵਾਰੀ ਉਹ ਪੀ ਕੇ ਜਾਂਦੇ ਸੀ, ਅੱਛਾ, ਉਹ ਇੱਕ ਵਾਰ 'ਚ ਅਸਰ ਦਿਖਾਉਂਦਾ, ਹਾਂ, ਇੱਕ ਉਹਨੂੰ ਜਾਣੀ ਪੀ ਤਾਂ ਲਾ ਲਾ ਵੀ ਰੋਜ਼ ਵੀ ਜਾਂਦੇ ਸੀ ਬੰਦੇ, ਇੱਕ ਦੋ ਬੰਦੇ ਤਾਂ ਰੋਜ਼ ਹੀ ਆਉਂਦੇ ਸੀਗੇ, ਲਾ ਲਾ ਵੀ ਮਹੀਨਾ ਕੁ ਲੱਗਦਾ ਸੀ ਸਾਨੂੰ, ਲਾ ਲਾ ਵੀ 400 ਜਾਨਵਰ ਸੀਗਾ, 212 ਸਿੰਘ ਦੇ, 312 ਸਿੰਘ ਦੇ ਅਸੀਂ ਵੜਦੇ ਸਿੰਘ ਰੋਜ਼, ਲਾ ਲਾ ਵੀ 5-5, 6-6 ਦੇ, 10 ਕੁ ਦਿਨ ਦੇ ਵਿੱਚ ਅਸੀਂ ਕੰਮ ਨਿਬੇੜ ਦਿੰਦੇ ਸੀਗੇ ਇਹਨਾਂ, ਅੱਛਾ, ਬੰਦੇ ਬਹੁਤ ਹੋ ਜਾਂਦੇ ਸੀਗੇ, ਹੋਰ ਬੰਦੇ ਆ ਜਾਂਦੇ ਸੀ ਨਾ, ਘੱਟੋ ਘੱਟ ਨਹੀਂ 5-6 ਜਾਣੇ ਹੁੰਦੇ ਸੀਗੇ, ਨਾਲ ਮੇਰੇ ਵਰਗਾ ਵੀ ਖੜ ਜਾਂਦਾ ਸੀ, ਸਾਲ ਦੇ ਵਿੱਚ ਇੱਕ ਵਾਰੀ ਸਿੰਘ ਵੱਢਣੇ ਆ, ਇੱਕ ਵਾਰੀ ਉਹਨਾਂ ਦੇ ਨਹੁੰ ਕੱਟਣੇ ਆ, ਉਹ ਰੁੱਤ ਆਉਂਦੀ ਸੀ ਉਹਨਾਂ ਦੀ,
ਉਹ ਰੁੱਤ ਹੁੰਦੀ ਸੀ ਬਸ ਨੌਂ ਵੀ ਵੱਧ ਜਾਂਦੇ ਨੇ ਸਿੰਘ ਵੀ ਵੱਧਦੇ ਨੇ ਬਈ ਜਿਵੇਂ ਖੂਨ ਵਾਲੀ ਕੋਈ ਹੋਰ ਤੁਹਾਨੂੰ ਵੱਖਰੀ ਜਿਹੀ ਗੱਲ ਲੱਗੀ ਹੋਵੇ ਕੋਰੀਆ 'ਚ ਵੀ ਹੋਰ ਦੇਸ਼ਾਂ ਨਾਲ ਜਿਵੇਂ ਤੁਸੀਂ ਦੱਸਿਆ ਵੀ ਉੱਥੇ ਖੂਨ ਪੀਂਦੇ ਨੇ ਲੋਕ ਸਿੰਘ ਦਾ ਵੱਢ ਕੇ ਢਿੱਡ ਵਾਸਤੇ ਵਧੀਆ ਹਾਂ ਢਿੱਡ ਦੀਆਂ ਬਿਮਾਰੀਆਂ ਵਾਸਤੇ ਬਹੁਤ ਵਧੀਆ ਹੋਰ ਕੋਈ ਚੀਜ਼ ਇਹੋ ਜਿਹੀ ਦੇਖੀ ਹੋਵੇ ਉੱਥੇ ਤੁਸੀਂ ਹੋਰ ਤਾਂ ਇੱਕ ਸਿਓਲ ਜਿਹੜਾ ਸ਼ਹਿਰ ਆ ਉਹ ਟਾਵਰ ਦੇਖਣ ਵਾਲਾ ਬਹੁਤ ਜ਼ਿਆਦਾ ਸੋਹਣਾ ਸਿਓਲ ਸ਼ਹਿਰ ਬਹੁਤ ਸੋਹਣਾ ਉਹ ਚੀਜ਼ਾਂ ਵਧੀਆ ਨੇ ਦੇਖਣ ਨੂੰ ਜੇ ਘੁੰਮਣ ਫਿਰਨ ਜਾਣਾ ਉਸ ਤਾਂ ਘੁੰਮਣ ਫਿਰਨ ਵਾਲੀਆਂ ਜਗ੍ਹਾ ਵੀ ਬਹੁਤ ਨੇ ਬਹੁਤ ਸੋਹਣੀਆਂ ਸੋਹਣੀਆਂ ਜਗ੍ਹਾ ਹੈਗੀਆਂ ਨੇ ਫਿਰ ਬਈ ਉਮਰਾਂ ਦਾ ਕਿੰਨਾ ਕੁ ਫਰਕ ਤੁਸੀਂ ਦੱਸ ਰਹੇ ਸੀਗੇ ਉੱਥੇ ਦੀਆਂ ਉਮਰਾਂ ਦਾ ਵੀ ਤੂੰ ਹਿਸਾਬ ਲਾ 90-95 ਸਾਲ ਦੀ ਜਿਹੜੀ ਬੁੜੀ ਆ ਜਾਂ ਬੁੜਾ ਉਹ ਖੇਤਾਂ 'ਚ ਕੰਮ ਕਰਦੇ ਨੇ 90-95 ਸਾਲ ਦਾ ਬੁੜਾ ਬੁੜੀ ਹਾਂ ਉਹ ਖੇਤਾਂ 'ਚ ਕੰਮ ਕਰਦੇ ਆ ਰਹਿੰਦੇ ਵੀ ਪਿੰਡਾਂ 'ਚ ਨੇ ਜਿਹੜੇ ਉਹਨਾਂ ਦੇ ਗਾਂਹ ਜਵਾਕ ਦੇ ਗਾਂਹ ਜਵਾਕ ਨੇ ਉਹ ਸ਼ਹਿਰਾਂ ਕੰਨੀ ਨੂੰ ਗਏ ਹੋਏ ਨੇ ਨਹੀਂ ਉਹ ਆਪਦੇ ਪੁਰਾਣੇ ਘਰ ਦੇ ਵਿੱਚ ਜਮ੍ਹਾਂ ਹੀ ਪੁਰਾਣਾ ਘਰ ਜਿਹੜਾ ਹੁੰਦਾ ਉਹ ਉੱਥੇ ਹੀ ਰਹਿੰਦੇ ਆ ਉਮਰ ਸਭ ਤੋਂ ਔਸਤਨ ਉਮਰ ਐਵਰੇਜ ਕੱਢਦੇ ਨੇ ਉੱਥੇ ਕਿੰਨਾ ਕੁ 100+ ਜਾਂਦੀ ਉੱਥੇ ਉਮਰ ਬੁੜੀ ਦੀ ਜਾਂ ਬੁੜੇ ਹਰ ਬੰਦਾ ਫਿਰ ਉਹ 50-60 ਨੂੰ ਤਾਂ ਉਹ ਬੁੜੇ ਹੀ ਨਹੀਂ ਮੰਨਦੇ ਮੰਨਦੇ ਨਹੀਂ 50-60 ਸਾਲ ਵਾਲੇ ਨੂੰ ਤਾਂ 50 ਸਾਲ 50 ਤੋਂ ਪਲੱਸ ਵਾਲਾ ਤਾਂ ਐਂ ਭੱਜਿਆ ਫਿਰਦਾ ਘੋੜੇ ਵਾਂਗੂ ਖਾਣਾ ਪਾਣੀ ਉਹਨਾਂ ਦਾ ਬੜਾ ਵਧੀਆ ਅੱਛਾ ਜਿਵੇਂ ਆ ਸਬਜ਼ੀਆਂ ਵੱਧ ਖਾਂਦੇ ਆ ਉਬਲੀਆਂ ਹੋਈਆਂ ਚੀਜ਼ਾਂ ਵੱਧ ਖਾਂਦੇ ਆ ਪਾਲਕ ਵਗੈਰਾ ਫਿਰ ਵੀ ਮੀਟ ਮੂਟ ਬਹੁਤ ਖਾਂਦੇ ਆ ਫਿਰ ਵਾਲਾ ਵੀ ਚਾਹੇ ਬੁੜੀ ਆ ਚਾਹੇ ਬੰਦਾ ਉਹਨਾਂ ਦੀ ਇੱਕ ਆਪਦੀ ਦਾਰੂ ਬਣਾਈ ਹੋਈ ਆ ਸੂਜੋ ਕਹਿੰਦੇ ਨੇ ਸੂਜੋ ਹਾਂ ਸੂਜੋ ਕਹਿੰਦੇ ਜਿਵੇਂ ਆਪਣੇ ਦੇਸੀ ਦਾਰੂ ਹੁੰਦੀ ਆ ਆਪਣੇ ਉਹਨਾਂ ਦੀ ਉਹ ਜਿਹੜੀ ਸੂਜੋ ਆਪਦੀ ਆ ਉਹਨਾਂ ਦੇ ਸ਼ਾਮ ਨੂੰ ਰੋਟੀ ਖਾਣ ਲੱਗੇ ਸਾਰੇ ਚਾਹੇ ਬੁੜੀ ਆ ਚਾਹੇ ਕੋਈ ਵੀ ਆ ਸਾਰਾ ਟੱਬਰ ਪੀਂਦਾ ਹਾਂ ਥੋੜ੍ਹੀ ਥੋੜ੍ਹੀ ਲਾਲੀ ਰੋਟੀ ਨਾਲ ਉਹ ਮਾੜੇ ਮੋਟਾ ਇੰਨੀ ਇੰਨੀ ਕਹਿੰਦੇ ਪੀਂਦੇ ਹੀ ਨੇ ਸ਼ੋਰਟ ਦਵਾਈ ਦੇ ਮੰਗ ਦਵਾਈ ਦੇ ਤੌਰ 'ਤੇ ਹਾਂ ਰੋਟੀ ਨੂੰ ਅਤੇ ਬਈ ਜਿਵੇਂ ਆਪਾਂ ਦੇਖਦੇ ਵੀ ਆਪਣੇ ਇੱਥੋਂ ਅਤੇ ਆਪਾਂ ਪੰਜਾਬੀਆਂ ਬਾਹਰ ਜਾਂਦੇ ਹਾਂ ਜਿਹੜੇ ਕੋਰੀਅਨ ਵਾਸੀ ਨੇ ਉਹ ਉਸੇ ਮੁਲਕ 'ਚ ਰਹਿੰਦੇ ਜਾਂ ਉਹ ਵੀ ਉੱਥੋਂ ਜਾਂਦੇ ਨੇ ਵੀ ਯਾਰ ਹੋਰ ਵੱਡੇ ਦੇਸ਼ 'ਚ ਜਾਈਏ ਜਾਂ ਉੱਥੇ ਉਹ ਠੀਕ ਹੁੰਦੇ ਨੇ ਵੀ ਆਪਦਾ ਗੁਜ਼ਾਰਾ ਕਰਦੇ ਨੇ ਵਧੀਆ ਵੀ ਨਹੀਂ ਜਿਵੇਂ ਹੁਣ ਆਪਣੇ ਆਪਾਂ ਜਿਹੜੇ ਇੱਥੇ ਇੰਡੀਆ ਦੇ ਵਿੱਚ ਬੈਠੇ ਨੇ ਜਾਂ ਪੰਜਾਬ ਦੇ ਵਿੱਚ ਰਿਚ ਮੈਨ ਨੇ ਵਧੀਆ ਬੰਦੇ ਨੇ ਜਿਵੇਂ ਉੱਥੋਂ ਪੜ੍ਹਨ ਆਪਾਂ ਕੈਨੇਡਾ ਭੇਜ ਦਿੰਦੇ ਹਾਂ ਜੀ ਜੀ ਜਵਾਕਾਂ ਨੂੰ ਫਿਰ ਉਹ ਉੱਥੇ ਦਾ ਰਹਿ ਜਾਂਦਾ ਇਹ ਕੋਰੀਆ ਵੀ ਐਂ ਕਰਦੀ ਆ ਕੋਈ ਕਿਸੇ ਨੂੰ ਅਮੈਰੀਕਾ ਭੇਜ ਦਿੰਦੀ ਆ ਪੜ੍ਹਨ ਕਿਸੇ ਨੂੰ ਕੈਨੇਡਾ ਕਿਸੇ ਨੂੰ ਜਰਮਨ ਮੇਰੇ ਮਾਲਕ ਦਾ ਮੁੰਡਾ ਇੱਕ ਜਰਮਨ ਪੜ੍ਹਨ ਗਿਆ ਹੋਇਆ ਸੀਗਾ ਉਹ ਫਿਰ ਘੱਟ ਹੀ ਮੁੜਦੇ ਨੇ ਉਹ ਘੱਟ ਮੁੜਦੇ ਨੇ ਕਈ ਆ ਵੀ ਜਾਂਦੇ ਨੇ ਮੈਨੂੰ ਤਾਂ ਲੱਗਦਾ ਨਹੀਂ ਵੀ ਉਹ ਮੁੜਦੇ ਹੋਣਗੇ ਉਹ ਫਿਰ ਉਹ ਉੱਧਰ ਹੀ ਰਹਿ ਜਾਂਦੇ ਨੇ ਆਪਣੇ ਉਹ ਕੋਰੀਅਨ ਤਾਂ ਵੀਜ਼ਾ ਫ੍ਰੀ ਆ ਨਾ ਉਹ ਮੈਨੂੰ ਤਾਂ ਕਾਫੀ ਦੇਸ਼ਾਂ ਦੇ ਵਿੱਚ ਉਹਨਾਂ ਦਾ ਪਾਸਪੋਰਟ ਪਾਸਪੋਰਟ ਆ ਉਹ ਜਿਹੜੇ ਜਿਹੜੇ ਰਹਿੰਦੇ ਨੇ ਉੱਥੇ ਰਹਿੰਦੇ ਨੇ ਨਹੀਂ ਤਾਂ ਫਿਰ ਜਵਾਕ ਜੁਗ ਪੜ੍ਹਨ ਭੇਜਦੇ ਨੇ ਬਾਹਰ ਉਹ ਵੀ ਤੁਸੀਂ ਬਈ ਕਿੰਨੇ ਸਾਲ ਲਾਏ ਫਿਰ ਉੱਥੇ ਮੈਂ ਉੱਥੇ 5.5 ਸਾਲ ਲਾਏ ਨੇ 5.5 ਸਾਲ ਫਿਰ ਜਿਵੇਂ ਆਪਣੇ ਪੰਜਾਬੀਆਂ ਤੋਂ ਹੀ ਹੁੰਦਾ ਵੀ ਬਾਹਰ ਪੱਕੇ ਹੋ ਜਾਈਏ ਕਿਸੇ ਲੋਟ ਆ ਤੁਸੀਂ ਵਾਪਸ ਕਿਉਂ ਆਏ ਵਾਪਸ ਇੱਕ ਤਾਂ ਵਿਆਹ ਗਿਆ ਆਇਆ ਸੀਗਾ ਜੀ ਘਰ ਵਾਲੀ ਇੱਧਰ ਸੀਗੀ ਅਤੇ ਉੱਧਰ ਚਲੇ ਤਾਂ ਜਾਂਦੀ ਗੱਲ ਪਰ ਪੱਕੇ ਹੋਣ ਦਾ ਕੋਈ ਸਾਧਨ ਨਹੀਂ ਸੀਗਾ ਉੱਥੇ ਪੱਕਾ ਨਹੀਂ ਹੁੰਦਾ ਸੀਗਾ ਤਾਂ ਕਰਕੇ ਆ ਕੇ ਇੱਥੇ ਵਾਪਸ ਆਇਆ ਸੀ ਮਤਲਬ ਜੇ ਬੰਦਾ ਉੱਥੇ ਜ਼ਿੰਦਗੀ ਦੇ 5 ਜਾਂ 10 ਸਾਲ ਜਿੰਨੇ ਵੀ ਲਾਉਂਦਾ ਵਧੀਆ ਪੈਸੇ ਕਮਾ ਕੇ ਉਰੇ ਵਧੀਆ ਜੀਵਨ ਜੀ ਸਕਦਾ ਉਰੇ ਮਤਲਬ ਕੋਈ ਕਾਰੋਬਾਰ ਖੜਾ ਕਰ ਸਕਦਾ ਜਿਵੇਂ ਕੋਈ ਪੈਸੇ ਇਕੱਠੇ ਕਰਕੇ ਜਿਵੇਂ ਕੈਨੇਡਾ ਅਮਰੀਕਾ ਜਾਣ ਦਾ ਸੁਪਨਾ ਜੇ ਕਿਸੇ ਦਾ ਉਹ ਹੋ ਸਕਦਾ ਹਾਂ ਹੋ ਸਕਦਾ ਪੂਰਾ ਹੋ ਸਕਦਾ ਬਾਕੀ ਮਤਲਬ ਉਰੇ ਘਰ ਕੋਠੀਆਂ ਪਾ ਕੇ ਵੀ ਹਾਂ ਪਰ ਮੈਂ ਤਾਂ ਇੱਕ ਗੱਲ ਹੋਰ ਵੀ ਕਹਿੰਦਾ ਵੀ ਜਿਵੇਂ ਕਈ ਬੰਦੇ ਉੱਥੇ ਦੇਖੇ ਨੇ ਬੰਦਿਆਂ ਨੇ 5-6 ਸਾਲ ਲਾ ਕੇ ਜਦ ਇੰਡੀਆ ਆਉਂਦੇ ਨੇ ਥੋੜ੍ਹਾ ਜਿਹਾ ਬੁਰਾ ਹਾਲ ਹੋ ਜਾਂਦਾ ਬੁਰਾ ਹਾਲ ਕਿਵੇਂ ਬੁਰਾ ਹਾਲ ਵੀ ਪਹਿਲਾਂ ਤਾਂ ਘਰਦਿਆਂ ਨੂੰ ਪੈਸੇ ਪਾਈ ਜਾਂਦਾ ਜਦ ਆਉਂਦਾ ਫਿਰ ਉਹ ਪੈਸੇ ਤਾਂ ਲੱਗੇ ਹੁੰਦੇ ਨੇ ਅੱਲੇ ਪੱਲੇ ਕੁਛ ਨਹੀਂ ਰਹਿੰਦਾ ਫਿਰ ਉਹ ਘਰ ਦੇ ਖਰਚੇ ਦਿੰਦੇ ਖਰਚੇ ਜਾਂਦੇ ਨੇ ਵੀ ਖਰਚਾ ਉਹੀ ਵੱਧ ਜਾਂਦਾ ਨਹੀਂ ਮੈਂ ਤਾਂ ਰਾਇ ਦੂੰਗਾ ਵੀ ਜੇ ਬੰਦਾ ਕੋਈ ਉੱਥੇ ਗਿਆ ਅੱਧੇ ਪੈਸੇ ਘਰਦਿਆਂ ਨੂੰ ਪਾ ਲਿਆ ਕਰੇ ਅੱਧੇ ਆਪਦੇ ਅਕਾਊਂਟ 'ਚ ਰੱਖਿਆ ਕਰੇ ਉੱਥੇ
ਜਿਸ ਤੋਂ ਜਿਹੜਾ ਅਕਾਊਂਟ, ਹਾਂ ਜਿਹੜਾ ਅਕਾਊਂਟ ਆਪ ਹੀ ਕਢਾ ਸਕੇ ਪੈਸੇ, ਇਹ ਜ਼ਰੂਰੀ ਹੈ ਕਿਉਂਕਿ ਪੈਸੇ ਬਣਦੇ ਬਹੁਤ ਨੇ ਇੰਡੀਆ, ਫਿਰ ਉਹਦੇ ਹਿਸਾਬ ਨਾਲ ਹੀ ਖਰਚੇ ਵੱਧ ਜਾਂਦੇ ਨੇ ਘਰਦਿਆਂ ਦੇ। ਇਹ ਰਾਇ ਦੇਣੀ ਚਾਹੁੰਦਾ ਮੈਂ ਇਹਨਾਂ ਨੂੰ ਵੀ ਆਪਦੇ ਸਾਰੇ ਨਾ ਭੇਜੋ, ਸਾਰੇ ਨਾ ਭੇਜੋ, ਭੇਜੋ ਸਾਰੇ, ਬਲਕਿ ਥੋੜ੍ਹਾ ਜਿਹਾ ਕੋਈ ਇਹੋ ਜਿਹੇ ਰੱਖੋ ਕਿ ਆੜੀ ਮਿੱਤਰ ਕੋਲੇ ਵੀ ਆਪਦੀ ਜਿਵੇਂ ਬੁਢਾਪਾ ਪੈਨਸ਼ਨ ਲਾ ਲਓ, ਪੈਨਸ਼ਨ ਲਾ ਲਓ, ਹਾਂ ਲਾ ਲਓ ਪਹਿਲਾਂ, ਹਾਂ ਉਹ ਲਾ ਵੀ ਆਪਦੇ ਵਾਸਤੇ ਵੀ ਰੱਖੋ, ਜੇ 100 ਕਮਾਉਂਦੇ ਹੋ ਤਾਂ 50, ਹਾਂ 70 80 ਭੇਜ ਦਿਓ, 20 30 ਆਪਦੇ ਵੀ ਜਮ੍ਹਾਂ ਰੱਖੋ, ਜਮ੍ਹਾਂ ਰੱਖੋ, ਸਾਰੇ ਨਾ ਕਰੇ ਭੇਜੋ, ਸਾਰੇ ਨਾ ਕਰੇ ਭੇਜੋ, ਫਿਰ ਉਹ ਹੋ ਜਾਊਗਾ ਕੰਮ। ਹਾਂ ਕਈ ਬੰਦਿਆਂ ਨਾਲ ਹੋਈਆਂ ਨੇ, ਅੱਛਾ ਜਾਣੀ ਸਾਨੂੰ ਦੱਸ ਦਿੰਦੇ ਬਈ ਉਹ ਫਲਾਣੇ ਬੰਦੇ ਨਾਲ ਆਏ ਹੋਇਆ, ਆਏ ਹੋਇਆ ਬਈ। ਜਿਵੇਂ ਜਿਹੜੇ ਬੰਦੇ ਉੱਥੇ ਜਿਵੇਂ ਕਹਿੰਦੇ ਵੀ ਰਿਫਿਊਜੀ ਰਹਿੰਦੇ ਨੇ, ਮਤਲਬ ਵੀ ਕੱਚੇ ਰਹਿੰਦੇ ਨੇ, ਰੇਡਾਂ ਰੂਡਾਂ ਤੋਂ ਡਰਦੇ ਨੇ, ਫਿਰ ਉਹ ਪੈਸੇ ਕਿਉਂ ਭੇਜਦੇ ਨੇ ਬਈ? ਬੁਰਾ ਪੈਸੇ ਭੇਜਦੇ ਨੇ, ਜਿਵੇਂ ਜਿਹੜਾ ਦੁਕਾਨਦਾਰ ਹੁੰਦਾ ਰਾਸ਼ਨ ਪਾਣੀ ਦੇ ਕੇ ਆਉਂਦਾ, ਉਹਨੂੰ ਉਹਨੂੰ ਬੰਦੇ ਨੂੰ ਫੜਾ ਦਿੰਦਾ ਬੰਦਾ, ਨਹੀਂ ਇੱਕ ਹੁਣ ਐਪਾਂ ਬਣ ਗਈਆਂ, ਹੁਣ ਤਾਂ ਆਪਦੇ ਸਿੱਧਾ ਹੀ ਮਾਲ ਨੂੰ ਕਹਿਣਾ ਵੀ ਆਹ ਅਕਾਊਂਟ 'ਚ ਪਾ ਦੇ, ਪੈ ਜਾਂਦੇ, ਹੁਣ ਤਾਂ ਸੌਖਾ ਹੋ ਗਿਆ ਬਹੁਤ। ਜਿਵੇਂ ਜਿਹੜੇ 2 ਨੰਬਰ 'ਚ ਬੰਦੇ ਹੁੰਦੇ ਨੇ ਉੱਥੇ, ਫਿਰ ਉਹ ਪੈਸੇ ਭੇਜਦੇ ਨੇ, ਉਹਨਾਂ ਦਾ ਤਾਂ ਕੱਟ ਵੀ ਲੱਗਦਾ ਹੋਊਗਾ। ਹਾਂ ਲੱਗਦਾ, ਕੱਟ ਵੀ ਲੱਗਦਾ, ਜੇ ਉਹਨਾਂ ਬੰਦੇ ਨੇ 1 ਲੱਖ ਰੁਪਇਆ ਭੇਜਣਾ ਤਾਂ ਕਿੰਨੇ ਦਾ ਕੱਟ ਲੱਗਦਾ ਫਿਰ? ਉਹੀ ਆ ਵੀ 5-7 ਹਜ਼ਾਰ ਦਾ ਲੱਗਦਾ ਹੋਊ, ਨਹੀਂ ਆਇਆ ਵੀ ਸੌਖੇ ਚਲੇ ਜਾਂਦੇ ਨੇ ਪੈਸੇ। ਜੇ ਤੁਹਾਡੇ ਕੋਲ ਕਾਰਡ ਆ ਫਿਰ ਕੋਈ ਦਿੱਕਤ ਨਹੀਂ, ਫਿਰ ਹਾਂ ਤੂੰ ਤੁਸੀਂ ਆਪਦੇ ਅਕਾਊਂਟ 'ਚ ਪਏ ਨੇ ਇੱਥੇ ਪੈਸੇ, ਉਹ ਸਿੱਧੇ ਹੀ ਆਪਦੇ ਇੰਡੀਆ ਵਾਲੇ ਅਕਾਊਂਟ 'ਚ ਪਾ ਸਕਦੇ ਹੋ, ਬਸ ਪੈ ਜਾਂਦੇ ਆ, ਇੰਨੀ ਕੋਈ ਗੱਲ ਹੈ। ਠੀਕ ਹੈ ਬਾਈ ਜੀ, ਤੁਸੀਂ ਜਾਣਕਾਰੀ ਸਾਂਝੀ ਕਰੀ, ਬਹੁਤ ਬਹੁਤ ਧੰਨਵਾਦ ਜੀ, ਧੰਨਵਾਦ ਵੀਰੇ, ਤੇਰਾ ਵੀ ਬਹੁਤ ਬਹੁਤ। ਠੀਕ ਹੈ ਜੀ, ਓਕੇ।